ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ ਏਜ ਦੀ ਮਨਜੂਰ ਗੁਰ ਗੋਬਿੰਦ ਸਿੰਘ ਹੱਕ ਰਾਗੰਜੂਰ ਗੁਰ ਗੋਬਿੰਦ ਸਿੰਘ ਜੁਮਲਾ ਫੈਜ ਨੂਰ ਗੁਰ ਗੋਬਿੰਦ ਸਿੰਘ ਹੱਕ ਹੱਕ ਆਗਾਹ ਗੁਰ ਗੋਬਿੰਦ ਸਿੰਘ ਸ਼ਾਹੀ ਸ਼ਾਹਿਨ ਸ਼ਾਹ ਗੁਰ ਗੋਬਿੰਦ ਸਿੰਘ ਹੱਕ ਹੱਕ ਆਗਾਹ ਗੁਰ ਗੋਬਿੰਦ ਸਿੰਘ ਸ਼ਾਹੇ ਸ਼ਾਹਿਨ ਸ਼ਾਹ ਗੁਰ ਗੋਬਿੰਦ ਸਿੰਘ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਪੰਜਵਾਂ। ਪੰਚ ਸਿੰਘ ਰਾਖੇ ਪ੍ਰਭ ਮਾਰ, ਦਸ ਬਘਿਆੜੀ ਲਈ ਨਿਵਾਰ, ਤੀਨ ਅਵਰਤ ਕੀ ਚੁਕੀ ਕੇ, ਸਾਧ ਸੰਗ ਚੁਕੇ ਭੈ ਫੇਰ। ਪੰਚ ਸਿੰਘ ਰਾਖੇ ਪ੍ਰਭ ਮਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਚਵਰ ਛਤਰ ਤਖਤ ਦੇ ਮਾਲਕ ਗੁਰੂ ਤਾ ਗੱਦੀ ਦੇ ਤਖਤ ਤੇ ਸੁਭਾਈ ਮਾਨ ਪ੍ਰਗਟ ਗੁਰਾਂ ਕੀ ਦੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੀ ਸਾਧ ਸੰਗਤ ਜੀ, ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਜੋ ਆਪਣੇ ਚਰਨ ਕਮਲਾਂ ਦੇ ਵਿੱਚ ਸਤ ਸੰਗਤ ਦੇ ਅੰਦਰ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਕਰਾਇਆ ਹੈ। ਚੱਲ ਰਹੀ ਸਹਿਜ ਪਾਠ ਸੰਥਿਆ ਦੇ ਵਿੱਚ ਹਾਜ਼ਰੀ ਭਰੀਏ। ਉਸ ਤੋਂ ਪਹਿਲਾਂ ਅੱਜ ਦਾ ਜੋ ਪਾਵਨ ਪਵਿੱਤਰ ਦਿਹਾੜਾ ਹੈ, ਸਾਹਿਬ ਕਮਾਲ ਸ਼ਮਸ਼ੇਰੇ ਬਹਾਦਰ ਅੰਮ੍ਰਿਤ ਕੇ ਦਾਤੇ ਸਰਬੰਸ਼ ਦਾਨੀ ਬਾਜਾਂ ਵਾਲੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਸਤਿਗੁਰੂ ਜੀ ਸਾਧ ਸੰਗਤ, ਅੱਜ ਦੇ ਦਿਨ ਸਾਹਿਬਾਂ ਨੇ ਸੱਚਖੰਡ ਗਮਨ ਕੀਤਾ ਸੀ। ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਾਵਨ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਸ਼ਰਧਾ, ਉਤਸ਼ਾਹ ਅਤੇ ਸਤਿਕਾਰ ਦੇ ਸਹਿਤ ਮਹਾਰਾਜ ਸਾਹਿਬ ਜੀ ਦੀਆਂ ਸੰਗਤਾਂ ਮਨਾ ਰਹੀਆਂ ਨੇ। ਉਤਸ਼ਾਹ ਇਹੀ ਹੁੰਦਾ ਵੀ ਗੁਰੂ ਦੇ ਗੁਣ ਗਾਏ ਜਾਣ, ਗੁਰੂ ਸਾਹਿਬ ਨੂੰ ਯਾਦ ਕੀਤਾ ਜਾਵੇ। ਇਹ ਗੁਰਸਿੱਖਾਂ ਦੇ ਅੰਦਰ ਹਰ ਸਮੇਂ ਪ੍ਰੇਮ ਬਣਿਆ ਰਹਿੰਦਾ ਹੈ। ਗੁਰੂ ਕਲਗੀਧਰ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਧ ਸੰਗਤ ਸਰੀਰ ਕਰਕੇ ਛੋਟੇ ਜਿਹੇ ਸਮੇਂ ਦੇ ਅੰਦਰ ਅਨੇਕਾਂ ਮਹਾਰਾਜ ਜੀ ਨੇ ਕਾਰਜ ਕੀਤੇ, ਅਤੇ ਨਾਲ ਹੀ ਆਪਾਂ ਇਹਦੇ ਵਿੱਚ ਹੀ ਉਹ ਗੁਰਤਾ ਗੱਦੀ ਦਾ ਪ੍ਰਸੰਗ ਵੀ ਆ ਜਾਏਗਾ, ਜੋ ਪਿਛਲੇ ਦਿਨਾਂ ਦੇ ਵਿੱਚ ਗੁਰਤਾ ਗੱਦੀ ਦੀ ਆਪਾਂ ਵਿਚਾਰ ਨਹੀਂ ਕੀਤੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਕਲਗੀਧਰ ਮਹਾਰਾਜ ਦਾ ਪ੍ਰਕਾਸ਼ ਪੋਹ ਸੁਦੀ ਸੱਤ, 23 ਪੋਹ 1723 ਬਿਕਰਮੀ ਨੂੰ, ਸਾਧ ਸੰਗਤ 1666 ਈਸਵੀ ਨੂੰ ਹਰਿਮੰਦਰ ਜੀ ਪਟਨਾ ਸਾਹਿਬ ਜੋ ਹੁਣ ਬਿਹਾਰ ਦੇ ਅੰਦਰ ਹੈ, ਅਤੇ ਇਸ ਪਾਵਨ ਧਰਤੀ 'ਤੇ ਗੁਰੂ ਕਲਗੀਧਰ ਮਹਾਰਾਜ ਜੀ ਦਾ ਪ੍ਰਕਾਸ਼ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗ੍ਰਹਿ ਅਤੇ ਸਾਡੇ ਸਤਿਕਾਰਯੋਗ ਮਾਤਾ ਜੀ ਮਾਤਾ ਗੁਜਰੀ ਜੀ ਦੀ ਕੁੱਖ ਤੋਂ ਗੁਰੂ ਕਲਗੀਧਰ ਮਹਾਰਾਜ ਸਾਹਿਬ ਦਾ ਆਗਮਨ ਹੋਇਆ। ਸਾਧ ਸੰਗਤ ਜੀ 9 ਸਾਲ ਦੀ ਅਵਸਥਾ ਸੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਹਾਦਤ ਹੋਈ, ਅਤੇ ਉਸ ਵੇਲੇ ਮਾਘ ਸੁਦੀ 5 ਸੰਮਤ 1732 ਨੂੰ 1675 ਈਸਵੀ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ ਦੇ ਤਖ਼ਤ 'ਤੇ ਸੁਭਾਏਮਾਨ ਹੋਏ। ਮਹਾਰਾਜ ਸਾਹਿਬ ਜੀ ਦੇ 3 ਆਨੰਦ ਕਾਰਜ ਹੋਏ। ਇੱਕ ਲਾਹੌਰ ਨਿਵਾਸੀ ਹਰਜਸ ਜੀ ਸਪੁੱਤਰੀ ਸਾਡੇ ਮਾਤਾ ਜੀਤੋ ਜੀ ਦੇ ਨਾਲ 1734 ਬਿਕਰਮੀ ਨੂੰ ਹੋਇਆ। ਦੂਸਰਾ ਲਾਹੌਰ ਨਿਵਾਸੀ ਸ੍ਰੀ ਰਾਮ ਸ਼ਰਨ ਜੀ, ਉਹਨਾਂ ਦੀ ਪੁੱਤਰੀ ਮਾਤਾ ਸੁੰਦਰੀ ਜੀ ਸਾਡੇ 1741 ਨੂੰ ਤਿੰਨਾਂ ਦੇ ਨਾਲ ਹੋਇਆ। ਅਤੇ ਤੀਸਰੇ ਆਨੰਦ ਕਾਰਜ ਮਹਾਰਾਜ ਦੇ ਰੋਹਤਾਸ ਨਿਵਾਸੀ ਯੂਪੀ ਸਟੇਟ ਦੇ ਗੁਰਸਿੱਖ ਸ੍ਰੀ ਰਾਮੂ ਜੀ ਦੀ ਸੁਪੁੱਤਰੀ ਸਾਧ ਸੰਗਤ ਮਾਤਾ ਸਾਹਿਬ ਦੇਵਾਂ ਕੌਰ ਜੀ ਦੇ ਨਾਲ 1757 ਬਿਕਰਮੀ ਦੇ ਵਿੱਚ ਗੁਰੂ ਕਲਗੀਧਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ 1700 ਈਸਵੀ ਦੇ ਵਿੱਚ ਆਨੰਦ ਕਾਰਜ ਹੋਇਆ। ਸੋ ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਨੇ 1 ਵਿਸਾਖ 1756 ਸਨ, 1699 ਦੀ ਵਿਸਾਖੀ ਵਾਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਮਹਾਰਾਜ ਨੇ ਖਾਲਸੇ ਪੰਥ ਦੀ ਸਾਜਨਾ ਕੀਤੀ। 5 ਪਿਆਰੇ ਸਾਹਿਬਾਨਾਂ ਦੇ ਪਹਿਲੇ ਸੀਸ ਲਏ, ਫਿਰ ਸੁਰਜੀਤ ਕਰਕੇ ਅਤੇ ਮਹਾਰਾਜ ਸਾਹਿਬ ਜੀ ਨੇ ਆਪਣਾ ਹੀ ਰੂਪ ਕਰ ਦਿੱਤਾ। ਸੋ ਇਸ ਤਰ੍ਹਾਂ ਖਾਲਸੇ ਪੰਥ ਦੀ ਸਾਜਨਾ ਕੀਤੀ। ਧੰਨ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਨੇ 14 ਯੁੱਧ ਕੀਤੇ, ਲੜਾਈਆਂ ਕੀਤੀਆਂ ਧਰਮ ਹਿੱਤ। ਪਹਿਲਾ ਜੰਗ ਭੰਗਾਣੀ ਦੇ ਅੰਦਰ ਅਤੇ ਅਖੀਰਲਾ ਜੰਗ ਮਹਾਰਾਜ ਦਾ ਜੋ 14ਵਾਂ ਮੁਕਤਸਰ ਸਾਹਿਬ ਦੀ ਧਰਤੀ 'ਤੇ ਗੁਰੂ ਕਲਗੀਧਰ ਮਹਾਰਾਜ ਸਾਹਿਬ ਨੇ ਯੁੱਧ ਲੜੇ। ਵੱਡੇ ਸਾਹਿਬਜ਼ਾਦੇ ਸਾਹਿਬਾਂ ਦੇ ਸਾਧ ਸੰਗਤ ਗੜੀ ਚਮਕੌਰ ਦੇ ਵਿੱਚ ਧਰਮ ਯੁੱਧ ਦੇ ਅੰਦਰ ਜੂਝਦਿਆਂ ਹੋਇਆਂ ਸ਼ਹਾਦਤ ਪ੍ਰਾਪਤ ਕਰਕੇ, ਛੋਟੇ ਸਾਹਿਬਜ਼ਾਦੇ ਧਰਮ ਦੀਆਂ ਨੀਹਾਂ ਰੱਖਦੇ ਹੋਏ ਧਰਮ ਦੀ ਮਜ਼ਬੂਤੀ ਦੇ ਵਾਸਤੇ
ਸਾਧ ਸੰਗਤ ਧਰਮ ਰੱਖ ਗਏ, ਆਪਣੇ ਪਿਤਾ ਦੇ ਆਪਣੇ ਦਾਦੇ ਦੇ ਬਚਨਾਂ ਦੇ ਪ੍ਰਣ ਦੇ ਉੱਤੇ ਪੱਕੇ ਰਹਿ ਗਏ ਅਤੇ ਨੀਹਾਂ ਵਿੱਚ ਆਪਾਂ ਆਪ ਚਣਾ ਲਿਆ ਛੋਟੇ ਸਾਹਿਬਜ਼ਾਦਿਆਂ ਨੇ ਅਤੇ ਸ਼ਹਾਦਤ ਪ੍ਰਾਪਤ ਕੀਤੀ। ਇਸ ਤਰ੍ਹਾਂ ਫਿਰ ਦਮਦਮਾ ਸਾਹਿਬ ਮਹਾਰਾਜ ਆਏ ਗੁਰੂ ਕਲਗੀਧਰ ਸੱਚੇ ਪਾਤਸ਼ਾਹ, ਇੱਥੇ ਕੰਠੋਂ ਗੁਰਬਾਣੀ ਉਚਾਰ ਕੇ ਕੋ ਓਅੰਕਾਰ ਤੋਂ ਲੈ ਕੇ 18, 10, 20 ਤੀਕਰ ਮਹਾਰਾਜ ਨੇ ਗੁਰਬਾਣੀ ਦੀ ਸੰਪੂਰਨਤਾ ਕਰਾਈ। ਅਤੇ ਇੱਥੋਂ ਹੀ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਸਾਧ ਸੰਗਤ ਨੰਦੇੜ ਵੱਲ ਨੂੰ ਚੱਲੇ ਨੇ ਅਤੇ ਕਲਗੀਧਰ ਮਹਾਰਾਜ ਸਾਹਿਬ ਦੇ ਨੰਦੇੜ ਦੱਖਣ ਦੇਸ਼ ਜਾਣ ਦੀ ਵਾਰਤਾ ਦੇ ਵਿੱਚ ਇੱਕ ਤਾਂ ਇਹ ਮਹਾਰਾਜ ਸਾਹਿਬ ਨੇ ਕਈ ਕਾਰਜ ਕਰਨੇ ਸਨ, ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਾਧੋ ਦਾਸ ਵੈਰਾਗੀ ਤੋਂ ਬੰਦਾ ਸਿੰਘ ਬਣਾ ਕੇ ਥਾਪਣਾ ਸੀ, ਮੂਲੇ ਖੱਤਰੀ ਦਾ ਉਧਾਰ ਕਰਨਾ ਜੋ ਪਹਿਲੇ ਸਮੇਂ ਮਹਾਰਾਜ ਨੇ ਬਚਨ ਕੀਤਾ ਸੀ ਵੀ 10ਵੇਂ ਜਾਮੇ ਤੇਰਾ ਉਧਾਰ ਕਰਾਂਗੇ, ਹੋਰ ਅਨੇਕਾਂ ਮਹਾਰਾਜ ਨੇ ਕੌਤਕ ਕਰਨੇ ਸਨ। ਉਹਨਾਂ ਦੇ ਵਿੱਚੋਂ ਇੱਕ ਹੀ ਸਾਧ ਸੰਗਤ ਮਰਹੱਟਿਆਂ ਦੇ ਵਿੱਚੋਂ ਸੋ ਸ਼ੰਭੂ ਜੀ ਨਾਮ ਦੇ ਮਰਹੱਟੇ ਬਿਰਧ ਅਵਸਥਾ ਹੋ ਗਈ ਸੀ ਉਹਨਾਂ ਦੇ, ਸ਼ਿਵਾ ਜੀ ਦੇ ਪੁੱਤਰ ਸਨ ਅਤੇ ਸ਼ੰਭੂ ਨਾਮ, ਅਤੇ ਇਹਨੇ ਕਲਗੀਧਰ ਮਹਾਰਾਜ ਨੂੰ ਪੱਤਰ ਲਿਖਿਆ ਸੀ ਪਾਤਸ਼ਾਹ, ਤਿੰਨੀ ਕੌਮਾਂ ਜੁਝਾਰੂ ਮੰਨੀਆਂ ਜਾਂਦੀਆਂ। ਇੱਕ ਮਹਾਰਾਜ ਪਠਾਣ ਬੜੇ ਜੂਝਦੇ ਹਨ ਸੂਰਬੀਰ ਨੇ, ਦੂਸਰਾ ਮਰਹੱਟੇ ਮਰ ਭਾਵੇਂ ਜਾਣ ਪਛਾਹ ਨਹੀਂ ਹੱਟਦੇ, ਅਤੇ ਮਹਾਰਾਜ ਤੀਸਰਾ ਆਪ ਜੀ ਦਾ ਖਾਲਸਾ ਪੰਥ ਜੀ ਦੇ ਬਾਰੇ ਮੈਂ ਸੁਣਿਆ ਹੈ ਵੀ ਇਹ ਮਰ ਕੇ ਵੀ ਪਛਾਹ ਨਹੀਂ ਹੱਟਦੇ, ਐਸੀ ਜੁਝਾਰੂ ਕੌਮ ਹੈ, ਅਤੇ ਆਪਾਂ ਇੱਕ ਹੋ ਜਾਈਏ, ਮੈਂ ਬਿਰਧ ਹੋ ਗਿਆ ਮਹਾਰਾਜ, ਮੈਨੂੰ ਇੱਥੇ ਆ ਕੇ ਦਰਸ਼ਨ ਦਿਓ ਅਤੇ ਆਪਾਂ ਅੱਗੇ ਵਾਸਤੇ ਗਊ ਗਰੀਬ ਦੀ ਰੱਖਿਆ ਦੇ ਲਈ ਵਿਉਂਤ ਬੰਦੀ ਕਰੀਏ। ਇੱਕ ਉਹਦੀ ਬੇਨਤੀ 'ਤੇ ਮਹਾਰਾਜ ਸਾਹਿਬ ਅਤੇ ਅਨੇਕਾਂ ਕਾਰਜਾਂ ਨੂੰ ਕਰਨ ਦੇ ਹਿੱਤ ਕਲਗੀਧਰ ਮਹਾਰਾਜ ਜੀ ਸਾਧ ਸੰਗਤ ਤਾਰਾ ਆਜਮ ਨੂੰ ਮਾਰ ਕੇ ਬਹਾਦਰ ਸ਼ਾਹ ਨੂੰ ਰਾਜ ਦਿੱਤਾ ਅਤੇ ਇਹਦੇ ਨਾਲ ਮਹਾਰਾਜ ਨੇ ਕਰਾਰ ਕੀਤਾ ਸੀ, 17 ਬੰਦਿਆਂ ਦੀ ਲਿਸਟ ਦਿੱਤੀ ਵੀ ਇਹ 17 ਬੰਦੇ ਜਿਨ੍ਹਾਂ ਦੇ ਵਿੱਚ ਸੂਬਾ ਸਰਹੰਦ ਵੀ ਸੀ ਵੀ ਇਹ ਸਾਡੇ ਹਵਾਲੇ ਕਰ, ਇਹਨਾਂ ਨੂੰ ਸਜਾਵਾਂਗੇ। ਅਤੇ ਸਾਧ ਸੰਗਤ ਬਹਾਦਰ ਸ਼ਾਹ ਕਹਿੰਦਾ ਮਹਾਰਾਜ ਰੁਕ ਜਾਓ, ਹਾਲਾਂ 5-10 ਸਾਲ ਰਾਜ ਮੇਰਾ ਨਵਾਂ ਏ, ਅਤੇ ਨਾ ਹੋਵੇ ਬਗਾਵਤ ਹੀ ਹੋ ਜਾਵੇ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਵੀ ਕੋਈ ਨਹੀਂ, ਹੁਣ ਅਸੀਂ ਆਪੇ ਹੀ ਕਰਾਂਗੇ, ਤੇਰੀ ਪਰਖ ਹੀ ਕਰਨੀ ਸੀ, ਤੂੰ ਇਕਰਾਰ ਤੋਂ ਮੁੱਕਰ ਗਿਆ, ਕਿਉਂਕਿ ਇਹਨੇ ਪਹਿਲਾਂ ਕਿਹਾ ਸੀ ਮਹਾਰਾਜ ਮੈਨੂੰ ਜੰਗ ਵਿੱਚ ਜਿੱਤ ਕਰਾ ਦਿਉ ਤਾਰਾ ਆਜਮ ਦੇ ਕੋਲ, ਜੋ ਕਹੋਗੇ ਬਚਨ ਮੰਨਾਂਗਾ। ਇੱਥੋਂ ਮਹਾਰਾਜ ਸਾਹਿਬ ਅਨੇਕਾਂ ਕੌਤਕ ਕਰਦੇ ਹੋਏ ਸੱਚਖੰਡ ਹਜ਼ੂਰ ਸਾਹਿਬ ਜੀ ਦੀ ਜੋ ਹੁਣ ਧਰਤੀ ਉਸ ਵੇਲੇ ਅਫਜ਼ਲ ਨਗਰ ਕਹਿੰਦੇ ਸਨ, ਜਿਹਨੂੰ ਹੁਣ ਆਪਾਂ ਅਵਚਲ ਨਗਰ ਕਹਿੰਦੇ ਹਾਂ, ਮਹਾਰਾਜ ਇੱਥੇ ਪਹੁੰਚੇ। ਪਾਤਸ਼ਾਹ ਜੀ ਨੇ ਇੱਥੇ ਡੇਰਾ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਜੋ ਮਾਧੋ ਦਾਸ ਵੈਰਾਗੀ ਦੇ ਰੂਪ ਵਿੱਚ ਸੀ, ਇਹਦਾ ਮਾਣ ਸ਼ਕਤੀਆਂ ਦਾ ਹੰਕਾਰ ਤੋੜਿਆ, ਸਿੰਘ ਸਜਾਇਆ, ਅੰਮ੍ਰਿਤ ਛਕਾ ਕੇ, ਅਤੇ ਇਹ ਜੰਗੀ ਜੁਝਾਰੂ ਪਹਿਲਾਂ ਹੀ ਸੀ, ਸ਼ਸਤਰ ਵਿੱਦਿਆ ਪਹਿਲਾਂ ਹੀ ਜਾਣਦਾ, ਅਤੇ ਮਹਾਰਾਜ ਨੇ ਹੋਰ ਅਭਿਆਸ ਦ੍ਰਿੜ ਕਰਵਾਇਆ। ਸਾਰਾ ਇਤਿਹਾਸ ਕਲਗੀਧਰ ਸਾਹਿਬ ਕੋਲੋਂ ਸਾਹਿਬਜ਼ਾਦਿਆਂ ਦਾ ਸੁਣਿਆ ਅਤੇ ਇਹਨੂੰ ਥਾਪੜਾ ਦੇ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ 5 ਤੀਰ ਆਪਣੇ ਪੱਥਿਓਂ ਦੇ ਕੇ ਅਤੇ ਬਾਬਾ ਵਿਨੋਦ ਸਿੰਘ, ਕਾਹਨ ਸਿੰਘ ਆਦਿਕ 25 ਸਿੰਘਾਂ ਦਾ ਜਥਾ ਇਹਨੂੰ ਸੁਝਾਅ ਦੇਣ ਦੀ ਲਈ ਇਹਦੀ ਮਦਦ ਕਰਨ ਵਾਸਤੇ ਨਾਲ ਪੰਜਾਬ ਤੋਰਿਆ। ਉੱਧਰ ਕਲਗੀਧਰ ਮਹਾਰਾਜ ਸਾਹਿਬ ਭਾਣਾ ਵਰਤਾਣਾ ਸੀ ਹਜ਼ੂਰ ਸਾਹਿਬ ਦੀ ਧਰਤੀ 'ਤੇ,
ਅਤੇ ਮਹਾਰਾਜ ਸਾਹਿਬ ਜੀ ਦੇ ਨਾਲ ਪਰਿਵਾਰ ਦੇ ਵਿੱਚੋਂ ਇੱਕ ਮੈਂਬਰ ਹੀ ਸਨ ਕੇਵਲ ਸਾਡੇ ਸਤਿਕਾਰਯੋਗ ਮਾਤਾ ਸਾਹਿਬ ਦੇਵਾਂ ਕੌਰ ਜੀ। ਮਾਤਾ ਸੁੰਦਰ ਕੌਰ ਜੀ ਪਹਿਲਾਂ ਹੀ ਦਿੱਲੀ ਠਹਿਰੇ ਹੋਏ ਸਨ ਅਤੇ ਇੱਥੇ ਕਲਗੀ ਧਰਮਾ ਰਾਜ ਸਾਹਿਬ ਨੇ ਕਿਹਾ, ਸਾਹਿਬ ਦੇਵਾਂ ਤੂੰ ਆਪਣੀ ਭੈਣ ਦੇ ਕੋਲ ਸੁੰਦਰੀ ਦੇ ਕੋਲ ਦਿੱਲੀ ਚਲੀ ਜਾ ਅਤੇ ਹੁਣ ਅਸੀਂ ਕਿਸੇ ਹੋਰ ਦੇਸ਼ ਜਾਣਾ ਚਾਹੁੰਦੇ ਹਾਂ। ਅਤੇ ਮਾਤਾ ਜੀ ਕਹਿੰਦੇ, ਪਾਤਸ਼ਾਹ ਸਾਨੂੰ ਵੀ ਉਸ ਦੇਸ਼ ਲੈ ਜਾਓ। ਤਾਂ ਸਾਹਿਬ ਕਹਿੰਦੇ ਵੀ ਉਸ ਦੇਸ਼ ਇਕੱਲਿਆਂ ਹੀ ਜਾਈਦਾ ਹੈ, ਹੋਰ ਵੀ ਕਾਫੀ ਬਚਨ ਬਿਲਾਸ ਹੋਏ, ਆਪਾਂ ਕੇਵਲ ਸੰਖੇਪ ਵਿਚਾਰ ਦਰਸ਼ਨ ਕਰਨੇ ਨੇ ਮਹਾਰਾਜ ਦੇ। ਅਤੇ ਸਾਧ ਸੰਗਤ ਮਾਤਾ ਜੀ ਕਹਿਣ ਲੱਗੇ, ਸਤਿਗੁਰੂ ਮੇਰਾ ਪ੍ਰਣ ਹੈ ਜਿੰਨਾ ਚਿਰ ਮੈਂ ਤੁਹਾਡੇ ਦਰਸ਼ਨ ਨਾ ਕਰਾਂ ਉਨਾ ਚਿਰ ਪ੍ਰਸ਼ਾਦਾ ਨਹੀਂ ਛਕਦੀ, ਲੰਗਰ ਨਹੀਂ ਛਕਦੀ। ਅਤੇ ਮਹਾਰਾਜ ਇਸ ਤਰ੍ਹਾਂ ਭੁੱਖ ਨਾਲ ਮਰਨ ਨੂੰ ਚੰਗਾ ਤੁਹਾਡੇ ਨਾਲ ਹੀ ਪ੍ਰਾਣ ਤਿਆਗਦੇ ਹਾਂ। ਤਾਂ ਸਾਹਿਬ ਕਹਿੰਦੇ, ਤੇਰਾ ਪ੍ਰਣ ਵੀ ਅਸੀਂ ਨਿਭਾਵਾਂਗੇ। ਆਪਣੇ ਕਮਰ ਕੱਸੇ ਦੇ ਸ਼ਸਤਰ ਮਹਾਰਾਜ ਨੇ ਖੋਲ੍ਹ ਕੇ ਦਿੱਤੇ, ਸਾਹਿਬਾਂ ਦਾ ਇੱਕ ਚਿੱਤਰ ਬਣਾਇਆ ਹੋਇਆ ਸੀ ਚਿੱਤਰਕਾਰ ਵੱਲੋਂ, ਉਹ ਵੀ ਸਾਹਿਬਾਂ ਨੇ ਦਿੱਤਾ। ਅਤੇ ਮਹਾਰਾਜ ਕਹਿੰਦੇ, ਪਲੰਘੇ ਦੇ ਸਜਾ ਕੇ ਰੱਖਣੇ ਨੇ ਸ਼ਸਤਰ। ਅਤੇ ਸਾਹਿਬ ਦੇਵਾਂ ਜਦੋਂ ਸ਼ਸਤਰ ਸਜਾ ਕੇ ਅੰਮ੍ਰਿਤ ਵੇਲੇ ਅਤੇ ਜਪਜੀ ਸਾਹਿਬ ਦਾ ਪਾਠ ਕਰਕੇ ਖੜ੍ਹੇ ਹੋ ਕੇ ਅਰਦਾਸ ਕਰਕੇ ਅਤੇ ਅਰਦਾਸ ਦੀ ਸਮਾਪਤੀ ਤੋਂ ਬਾਅਦ ਜਦੋਂ ਸਿਰ ਉਤਾਹਾਂ ਨੂੰ ਚੱਕੇਗੀ ਸ਼ਸਤਰਾਂ ਵੱਲ, ਉਹਨਾਂ ਸ਼ਸਤਰਾਂ ਦੇ ਵਿੱਚੋਂ ਦਸਮ ਪਾਤਸ਼ਾਹ ਕਹਿੰਦੇ, ਤੈਨੂੰ ਸਾਡੇ ਦੀਦਾਰ ਹੋਇਆ ਕਰਨਗੇ, ਕਿਉਂਕਿ ਸ਼ਸਤਰ ਸਾਡਾ ਹੀ ਰੂਪ ਹੈ, ਸਾਡੇ ਸਤਿਕਾਰਯੋਗ ਹਨ। ਇਵੇਂ ਮਾਤਾ ਸਾਹਿਬ ਦੇਵਾਂ ਕੌਰ ਜੀ ਨੂੰ ਸਾਧ ਸੰਗਤ ਦਿੱਲੀ ਭੇਜਤਾ ਅਤੇ ਉਹ ਸਮਾਂ ਆਇਆ ਨੇੜੇ। ਉੱਧਰ ਜਿਹੜੇ ਵਜ਼ੀਰ ਖਾਨ ਆਦਿਕ ਸੀ ਸੂਬਾ ਸਰਹੰਦ, ਇਹਨਾਂ ਨੂੰ ਪਤਾ ਲੱਗ ਗਿਆ ਸੀ ਵੀ ਜਿਹੜਾ ਬਾਦਸ਼ਾਹ ਹੈ ਉਹ ਮਹਾਰਾਜ ਦੇ ਅੱਗੇ ਦਿੱਲੀ ਤਖ਼ਤ ਗੁਰੂ ਕਲਗੀਧਰ ਅੱਗੇ ਝੁੱਕ ਗਿਆ ਹੈ ਅਤੇ ਸਾਨੂੰ ਸਜ਼ਾ ਮਿਲੇਗੀ। ਇਹਨੇ ਉਸੇ ਵੇਲੇ ਬੰਦੇ ਛੱਡੇ ਵੀ ਗੁਰੂ ਕਲਗੀਧਰ ਮਹਾਰਾਜ ਦੇ ਨਾਲ ਜਿਨ੍ਹਾਂ ਦਾ ਕੋਈ ਪੁਸ਼ਤਾਂ ਦਾ ਵੈਰ ਹੋਵੇ, ਕੋਈ ਐਸਾ ਖਾਨਦਾਨ ਲੱਭੋ। ਸੂਈਏ ਛੱਡ ਦਿੱਤੇ, ਸੀ ਆਈ ਡੀ ਵਾਲਿਆਂ ਆ ਕੇ ਦੱਸਿਆ ਵੀ ਇੱਕ ਪਰਿਵਾਰ ਹੈ ਪੈਂਦੇ ਖਾਨ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜੋ ਦਾਦਾ ਜੀ ਹਨ ਉਹਨਾਂ ਨੇ ਪੈਂਦੇ ਖਾਨ ਨੂੰ ਮਾਰਿਆ ਸੀ, ਉਹਦਾ ਪੁੱਤਰ ਹੈ ਸੈਦੇ ਖਾਨ, ਉਹਨੂੰ ਇਸ ਗੁਰੂ ਕਲਗੀਧਰ ਮਹਾਰਾਜ ਨੇ ਜੰਗ ਵਿੱਚ ਮਾਰਿਆ ਹੈ ਅਤੇ ਉਹਦੇ ਦੋ ਪੁੱਤਰ ਹਨ ਗੁੱਲ ਖਾਨ ਅਤੇ ਅਤੋਲੇ ਖਾਨ। ਅਤੋਲੇ ਖਾਨ ਦੇ ਥਾਂ ਕਈ ਇਤਿਹਾਸਕਾਰਾਂ ਨੇ ਜਸ਼ਮੇਦ ਖਾਨ ਵੀ ਲਿਖਿਆ ਹੈ, ਪਰ ਉਹ ਨਾਮ ਦਾ ਫਰਕ ਹੋ ਜਾਂਦਾ, ਇੱਕ ਵੱਖਰੀ ਗੱਲ ਹੈ। ਸੋ ਕਹਿੰਦੇ ਗੁੱਲ ਖਾਨ ਅਤੇ ਅਤੋਲੇ ਖਾਨ ਨੂੰ ਇਹਨਾਂ ਨੇ ਭੜਕਾਇਆ ਚੁੱਕਣਾ ਦੇ ਕੇ, ਅਤੇ ਜਦੋਂ ਪਤਾ ਲੱਗਾ ਵੀ ਮਹਾਰਾਜ ਦੱਖਣ ਦੇਸ਼ ਜਾ ਰਹੇ ਆ, ਪਹਿਲਾਂ ਹੀ ਉੱਥੇ ਫਿਰੋਜ਼ ਖਾਨ ਨਾਮ ਦੇ ਇੱਕ ਹਾਕਮ ਜੋ ਨੰਦੇੜ ਦਾ ਹਾਕਮ ਸੀ ਉਹਦੇ ਕੋਲ ਭਰਤੀ ਕਰਾ ਦਿੱਤਾ। ਜਦੋਂ ਮਹਾਰਾਜ ਹਜ਼ੂਰ ਸਾਹਿਬ ਆਏ ਅਤੇ ਸਤਿਗੁਰਾਂ ਦੇ ਕੋਲ ਇਹਨਾਂ ਦੋਵਾਂ ਭਾਈਆਂ ਦਾ ਆਉਣਾ ਜਾਣਾ ਹੋ ਗਿਆ, ਸਾਹਿਬਾਂ ਨੇ ਇੱਕ ਖੰਜਰ ਵੀ ਸਾਧ ਸੰਗਤ ਇਹਨਾਂ ਨੂੰ ਦਿੱਤਾ, ਇੱਕ ਆਪ ਰੱਖ ਲਿਆ। ਕਿਸੇ ਸੰਗਤ ਨੇ ਭੇਟਾ ਕੀਤੇ ਸਨ ਕਟਾਰਾਂ ਅਤੇ ਇਹ ਮਹਾਰਾਜ ਸਾਹਿਬ ਕੋਲ ਆਉਣ ਜਾਣ ਲੱਗ ਪਏ ਅਤੇ ਉੱਥੋਂ ਦੇ ਹਾਕਮਾਂ ਨੇ ਬੜੀ ਇਹਨਾਂ ਨੂੰ ਚੁੱਕਣਾ ਦਿੱਤੀ ਅਤੇ ਮਾਂ ਇਹਨਾਂ ਦੀ ਸੀ ਇੱਕ ਨਾਲ ਕੇਵਲ, ਉਹ ਹਜ਼ੂਰ ਸਾਹਿਬ ਗਈ ਉਹਦੇ ਕੋਲ, ਕਈ ਵਾਰ ਲਾਲ ਪੀਲੇ ਹੋਏ ਗੁੱਸਾ ਕੱਢਦੇ ਕਹਿਣ ਲੱਗੇ, ਮਾਂ ਅਸੀਂ ਇਹ ਗੁਰੂ ਨਹੀਂ ਛੱਡਣਾ, ਅਸੀਂ ਬਦਲਾ ਲੈਣਾ ਏ, ਇਹਨਾਂ ਸਾਡੇ ਪਿਓ ਨੂੰ ਮਾਰਿਆ ਹੈ। ਅਤੇ ਮਾਂ ਕਹਿਣ ਲੱਗੀ ਕਿ ਬੇਟਾ ਵੇਖਿਓ ਕਿਤੇ ਕਹਿਰ ਨਾ ਕਮਾਇਓ, ਇਹ ਪੀਰਾਂ ਦਾ ਪੀਰ ਖੁਦਾ ਦਾ ਰੂਪ ਹੈ, ਤੁਹਾਡਾ ਪਿਤਾ ਜੰਗ ਦੇ ਵਿੱਚ ਆਪਣੀ ਕਰਤੱਵੀ ਮਾਰਿਆ ਗਿਆ, ਤੁਹਾਡੇ ਦਾਦੇ ਦੀ ਵੀ ਇਹਨਾਂ ਦੇ ਦਾਦੇ ਨੇ ਪਾਲਣਾ ਕੀਤੀ, ਉਹ ਨਿਮਕ ਹਰਾਮੀ ਕਰਕੇ ਮਾਰਿਆ ਗਿਆ।
ਅਤੇ ਇਹ ਵੀ ਕਹਿੰਦੇ ਵੀ ਨਾਲੇ ਵੀ ਕਿਹਾ ਵੀ ਜੇ ਤੁਸੀਂ ਆਪਣੇ ਪਿਓ ਦਾਦੇ ਦੇ ਰਾਹ ਚੱਲੋਗੇ ਤਾਂ ਤੁਹਾਡਾ ਵੀ ਹਸ਼ਰ ਉਹੀ ਹੀ ਹੋਏਗਾ। ਮਾਂ ਨੇ ਰੋਕਿਆ ਪਰ ਚੁੱਕਣਾ ਵਿੱਚ ਆਏ। ਇੱਕ ਦਿਨ ਭਾਣਾ ਕਲਗੀਧਰ ਸਾਹਿਬ ਨੇ ਵਰਤਾਉਣਾ ਸੀ ਰਾਤ ਰਹਿ ਰਾਹ ਦੇ ਦੀਵਾਨ ਦੀ ਸਮਾਪਤੀ ਉਪਰੰਤ ਸਾਰੇ ਸਿੱਖ ਆਪੋ ਆਪਣੇ ਆਸਣਾਂ 'ਤੇ ਚਲੇ ਗਏ। ਇੱਕ ਪਹਿਰੇਦਾਰ ਉਹ ਵੀ ਸਾਧ ਸੰਗਤ ਮਹਾਰਾਜ ਸਾਹਿਬ ਜੀ ਨੇ ਕਿਤੇ ਬਾਹਰ ਭੇਜਤਾ ਜਿਹੜਾ ਪਾਸ ਰਹਿੰਦਾ ਸੀ ਅਤੇ ਤੰਬੂ ਦੇ ਵਿੱਚ ਸਤਿਗੁਰੂ ਜੀ ਨੇ ਜਾਣ ਕੇ ਮਨ ਨੂੰ ਕੌਤਕ ਵਰਤਾਉਣ ਵਾਸਤੇ ਨੇਤਰ ਬੰਦ ਕੀਤੇ ਅਤੇ ਉੱਥੇ ਗੁਲਖਾਂ ਬੈਠਾ ਵੱਡਾ ਭਰਾ ਬਾਹਰ ਖੜ ਗਿਆ ਵੀ ਵੇਖੀ ਕੋਈ ਸਿੰਘ ਆਵੇ ਅਤੇ ਦੱਸ ਦੇ। ਜਦੋਂ ਇਹਨੇ ਵੇਖਿਆ ਵੀ ਮਹਾਰਾਜ ਸਾਹਿਬ ਦੀ ਸੁਰਤੀ ਸਤਿਗੁਰੂ ਸੌਂ ਗਏ ਨੇ, ਇਹਨੇ ਕਟਾਰ ਕੱਢ ਕੇ ਅਤੇ ਸਾਹਿਬਾਂ ਦੇ ਸਾਧ ਸੰਗਤ ਵਾਰ ਕੀਤਾ ਪੇੜ ਦੇ ਉੱਤੇ। ਭਾਵੇਂ ਕਮਰ ਕਸਾ ਗੁਰੂ ਕਲਗੀਧਰ ਮਹਾਰਾਜ ਨੇ ਕੀਤਾ ਸੀ ਫਿਰ ਵੀ ਉਹ ਕਟਾਰ ਮਹਾਰਾਜ ਦੇ ਸਰੀਰ ਦੇ ਵਿੱਚ ਚੁੱਭ ਗਈ। ਕਲਗੀਧਰ ਪਾਤਸ਼ਾਹ ਤੁਰੰਤ ਉੱਠੇ, ਸਾਹਿਬਾਂ ਨੇ ਲਾਗੇ ਜੋ ਕਟਾਰ ਰੱਖੀ ਸੀ ਉਹਦਾ ਸਾਧ ਸੰਗਤ ਮੁੱਠਾ ਪਕੜਿਆ। ਮੁੱਠਾ ਪਕੜਿਆ ਅਤੇ ਆਸਕਾਰਾਂ ਲਿਖਿਆ ਵੀ ਪਹਿਲੇ ਹੱਲੇ ਮੁੱਠਾ ਨਹੀਂ, ਜਿਹੜਾ ਮਿਆਨ ਹੈ ਉਹ ਨਹੀਂ ਨਿਕਲਿਆ, ਮਿਆਨ 'ਚੋਂ ਕਟਾਰ ਨਹੀਂ ਨਿਕਲੀ। ਦੋ ਵਾਰ ਮਹਾਰਾਜ ਨੇ ਝਟਕਾ ਦਿੱਤਾ, ਤੀਸਰੀ ਵਾਰਾਂ ਝਟਕਾ ਦੇਣ 'ਤੇ ਮਿਆਨ ਦੇ ਵਿੱਚੋਂ ਸ਼ਸਤਰ ਬਾਹਰ ਆਇਆ ਕਿਉਂਕਿ ਇੱਕ ਹੱਥ ਦੇ ਨਾਲ ਉਸੇ ਵਾਲਾ ਦਸਵੇਂ ਪਾਤਸ਼ਾਹ ਨੇ ਉਸ ਗੁਲਖਾਨ ਨੂੰ ਪਕੜਿਆ ਹੋਇਆ ਸੀ। ਅਤੇ ਤਿੰਨ ਵਾਰ ਝਟਕਾ ਦੇਣ ਦਾ ਭਾਵ ਵੀ ਇਹੀ ਕਹਿੰਦੇ ਨੇ ਮਨ ਮਹਾਰਾਜ ਉਹਦੇ ਸਵਾਸ ਪੂਰੇ ਕਰ ਰਹੇ ਹੋਣ। ਅਤੇ ਪਾਤਸ਼ਾਹ ਨੇ ਥਾਂ ਸਾਧ ਸੰਗਤ ਉਸ ਵੇਲੇ ਵਾਰ ਕਰਕੇ ਜਿਹੜਾ ਵੈਰੀ ਹਮਲਾਵਰ ਬਣ ਕੇ ਆਇਆ ਸੀ ਉੱਥੇ ਥਾਂ ਮਾਰਤਾ। ਭਰਾ ਬਾਹਰ ਭੱਜਣ ਲੱਗਾ, ਸਿੰਘਾਂ ਨੇ ਝਟਕਾ ਤਾ। ਜਦੋਂ ਮਹਾਰਾਜ ਸਾਹਿਬ ਦੇ ਆ ਕੇ ਜ਼ਖਮ ਵੇਖਿਆ, ਖੂਨ ਵੇਖਿਆ, ਸਿੰਘਾਂ ਦੇ ਵਿੱਚ ਬਹੁਤ ਸਾਧ ਸੰਗਤ ਦੁੱਖ ਮਨਾਇਆ, ਜਰਾਹ ਸਦੇ ਗਏ, ਫਰੰਗੀ ਜਰਾਹਾਂ ਨੇ ਆ ਕਰਕੇ ਜਿਵੇਂ ਵੈਦ ਹੁੰਦੇ ਨੇ ਉਹ ਦਵਾਈਆਂ ਦਿੰਦੇ ਨੇ, ਜਰਾਹ ਜਿਹੜੇ ਜ਼ਖਮ ਸੀਂਦੇ ਨੇ। ਮਹਾਰਾਜ ਸਾਹਿਬ ਦੇ ਜ਼ਖਮ ਸੀਤੇ। ਦਸ ਬਾਰ੍ਹਾਂ ਦਿਨ ਬਾਅਦ ਸਾਹਿਬ ਜੀ ਫਿਰ ਉਸੇ ਤਰ੍ਹਾਂ ਨਵੰਬਰ 9 ਹੋ ਗਏ, ਸਿੰਘਾਂ ਦੇ ਵਿੱਚ ਉਸੇ ਤਰ੍ਹਾਂ ਖੁਸ਼ੀ ਆ ਗਈ ਕਿ ਮਹਾਰਾਜ ਸਾਹਿਬ ਹੁਣ ਤਿਆਰ ਪੁਰ ਤਿਆਰ ਨੇ। ਉੱਧਰੋਂ ਬੰਦੀ ਛੋੜ ਦਿਵਸ ਦੀਵਾਲੀ ਦਾ ਜੋੜ ਮੇਲਾ ਇਹ ਆ ਗਿਆ ਜਿਹੜਾ ਹੁਣ ਲੰਘ ਕੇ ਗਿਆ ਹੈ। ਅਤੇ ਸਾਧ ਸੰਗਤ ਹੈਦਰਾਬਾਦ ਦੇ ਕਾਰੀਗਰ ਸਨ, ਉਹਨਾਂ ਨੇ ਮਹਾਰਾਜ ਲਈ ਸ਼ਸਤਰ ਲਿਆਂਦੇ। ਉਹਨਾਂ ਦੇ ਵਿੱਚ ਇੱਕ ਧਨਕ ਸੀ ਜੋ 9 ਟਾਂਕ ਦਾ ਸੀ। ਟਾਂਕ ਇੱਕ ਧਨਕ ਦੀ ਪਰਖ ਕਰਨ ਦੇ ਵਾਸਤੇ ਇੱਕ ਤਰ੍ਹਾਂ ਦਾ ਤੋਲ ਮਾਪ ਬਣਾਇਆ ਗਿਆ ਹੈ। ਇੱਕ ਟਾਂਕ ਦੇ ਵਿੱਚ 25 ਸੇਰ ਕੱਚਾ ਸਾਧ ਸੰਗਤ ਵਜ਼ਨ ਇੱਕ ਧਨਕ ਦੇ ਵਿੱਚ ਟੰਗੀਏ, ਜਿਹੜਾ ਇੱਕ ਟਾਂਕ ਦਾ ਧਨਕ ਹੋਵੇ, ਅਤੇ ਜੇ ਉਹ ਧਨਕ ਝੁੱਕ ਜਾਵੇ ਤਾਂ ਉਹਨੂੰ ਇੱਕ ਟਾਂਕ ਦਾ ਮੰਨਿਆ ਜਾਂਦਾ। ਇਹ 9 ਟਾਂਕ ਦਾ ਧਨਕ ਸੀ, 225 ਕੱਚੇ ਸੇਰ। ਇੰਨਾ ਬਲੀ ਸਾਧ ਸੰਗਤ ਕੋਈ ਸੂਰਮਾ ਹੋਵੇ ਬਹੁਤਾ ਜ਼ਿਆਦਾ ਤਾਂ ਉਹ ਇਹ ਧਨਕ ਚਲਾ ਸਕਦਾ ਸੀ। ਸ਼ਸਤਰ ਪਲੰਘੇ 'ਤੇ ਸੱਜੇ ਨੇ ਅਤੇ ਉੱਥੇ ਕੋਈ ਅਮੀਰ ਜ਼ਿਆਦਾ ਆਏ ਅਤੇ ਕਹਿੰਦੇ ਵੀ ਆਹ ਕਿੱਡਾ ਤਗੜਾ ਧਨਕ ਹੈ ਸ਼ਸਤਰ, ਇਹਨੂੰ ਕੋਈ ਚਲਾ ਸਕਦਾ? ਇੱਕ ਕਹਿੰਦਾ ਵੀ ਇਹ ਪਾਤਸ਼ਾਹਾਂ ਦੇ ਚੋਜ ਹੁੰਦੇ ਨੇ, ਕਈ ਚੀਜ਼ਾਂ ਐਵੇਂ ਵਿਖਾਉਣ ਨੂੰ ਰੱਖੀਆਂ ਹੁੰਦੀਆਂ ਹਨ। ਕਲਗੀਧਰ ਸਾਹਿਬ ਮਹਾਰਾਜ ਸ਼ਸਤਰਾਂ ਨਾਲ ਬਹੁਤਾ ਹੀ ਪਿਆਰ ਕਰਦੇ ਸੀ, ਕਿਸੇ ਸ਼ਸਤਰ ਦੀ ਨਰਾਦਰੀ ਨਹੀਂ ਸੀ ਜਰ ਸਕਦੇ। ਸਾਹਿਬਾਂ ਨੇ ਉਸੇ ਵੇਲੇ ਉਹਨਾਂ ਦਾ ਸ਼ੰਕਾ ਨਿਵਿਰਤ ਕਰਨ ਦੇ ਵਾਸਤੇ, ਜੋ ਸਿੱਖ ਨਹੀਂ ਚੰਨ ਚਾਹੁੰਦੇ ਉਹ ਭਾਣਾ ਵਰਤਾਉਣ ਦੇ ਵਾਸਤੇ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 9 ਟਾਂਗ ਦਾ ਸਾਧ ਸੰਗਤ ਕਠੋਰ ਧਨਖਬਾਨ ਪਕੜਿਆ। ਮਹਾਰਾਜ ਨੇ ਇੱਕ ਤੀਰ ਪੱਥੇ 'ਚੋਂ ਕੱਢ ਕੇ ਚੁੱਲ੍ਹੇ ਚਾੜਿਆ। ਜਦੋਂ ਗੁਰੂ ਗਰੀਬ ਨਿਵਾਸ ਸਾਹਿਬਾਂ ਨੇ ਕੰਨ ਤੀਕਰ ਖਿੱਚ ਕੇ ਅਤੇ
ਜਦੋਂ ਤਨਖ ਛੱਡਿਆ ਤਾਂ ਛੜ ਛੜ ਦੀ ਆਵਾਜ਼ ਕਰਦਾ ਤਨਖ ਬੜੀ ਦੂਰ ਤੱਕ ਵਾਹਿਗੁਰੂ ਤੀਰ ਗਿਆ ਤਾਂ ਜਿਹੜੇ ਅਮੀਰ ਜ਼ਿਆਦੇ ਸ਼ੰਕਾਵਾਦੀ ਬੜੇ ਖੁਸ਼ ਹੋਏ ਵੀ ਵਾਕਿਆ ਹੀ ਮਹਾਰਾਜ ਬਲੀ ਨੇ ਵੀ ਐਡਾ ਤਗੜਾ ਤਨਖ ਵੀ ਚਲਾ ਸਕਦੇ ਨੇ ਅਤੇ ਤੀਰ ਮਹਾਰਾਜ ਨੇ ਇੱਕ ਹੋਰ ਫਿਰ ਚਲਾਇਆ ਪਰ ਦੂਜਾ ਤੀਰ ਕਾਹਤੋਂ ਚੱਲਿਆ ਕਹਿੰਦੇ ਵੀ ਲੋਹੜਾ ਵੱਜ ਗਿਆ ਸਿੱਖਾਂ ਵਾਸਤੇ ਜਦੋਂ ਦੂਜੀ ਵਾਰ ਫਿਰ ਮਹਾਰਾਜ ਨੇ ਚੱਲੇ ਦੇ ਤੀਰ ਚਾੜਿਆ ਕਮਾਨ ਪਕੜ ਕੇ ਕੰਨ ਤਾਈਂ ਖਿੱਚਿਆ ਤਾਂ ਜਿੱਥੇ ਆਵਾਜ਼ ਉਸ ਧਨਖ ਦੇ ਸ਼ਰਰ ਸ਼ਰਰ ਦੀ ਆਈ ਨਾਲ ਹੀ ਜਿਹੜੇ ਤੋਪੇ ਲੱਗੇ ਸਨ ਮਹਾਰਾਜ ਦੇ ਸਰੀਰ 'ਤੇ ਜ਼ਖਮ 'ਤੇ ਉਹ ਵੀ ਟੁੱਟ ਗਏ ਅਤੇ ਜਦੋਂ ਜ਼ਖਮ 'ਤੇ ਸਾਧ ਸੰਗਤ ਤੋਪੇ ਟੁੱਟੇ ਖੂਨ ਸਿਮਿਆ ਚੋਲਾ ਮਹਾਰਾਜ ਦਾ ਲਾਲੋ ਲਾਲ ਹੋ ਗਿਆ ਕਲਗੀਧਰ ਪਾਤਸ਼ਾਹ ਦਾ ਸਿੱਖਾਂ ਦੇ ਵਿੱਚ ਇੱਕਦਮ ਘਬਰਾਹਟ ਮੱਚ ਗਈ ਦੁਖੀ ਹੋ ਗਏ ਅਤੇ ਉਸ ਵੇਲੇ ਜਰਾ ਸੱਦੇ ਗਏ ਵੀ ਜ਼ਖਮ ਸੀਤਾ ਜਾਵੇ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਨ੍ਹਾ ਕਰ ਦਿੱਤਾ ਕਹਿੰਦੇ ਨਹੀਂ ਭਾਈ ਹੁਣ ਇਹ ਜ਼ਖਮ ਇੱਦਾਂ ਹੀ ਰਹਿਣ ਦਿਓ ਇਹਨਾਂ ਜ਼ਖਮਾਂ ਨੂੰ ਨਹੀਂ ਹੁਣ ਸੀਣਾ ਅਤੇ ਮਹਾਰਾਜ ਸਾਹਿਬ ਕਹਿਣ ਲੱਗੇ ਵੀ ਹੁਣ ਇਹ ਸਰੀਰ ਜਿਹੜਾ ਹੈ ਨਾ ਇਹਨੂੰ ਓਹਲੇ ਕਰਨ ਦਾ ਸਮਾਂ ਆ ਗਿਆ ਹੈ ਹੁਣ ਇਹ ਸਰੀਰ ਸਾਡਾ ਨਹੀਂ ਰਹੇਗਾ ਸੱਚਖੰਡ ਨੂੰ ਜਾਣ ਦੀ ਘੜੀ ਹੈ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਬਚਨ ਸੁਣੇ ਸਿੱਖਾਂ ਨੇ ਸਾਧ ਸੰਗਤ ਬਹੁਤ ਸ਼ੋਕ ਮਨਾਇਆ ਵੀ ਐਸੇ ਗੁਰੂ ਗਰੀਬ ਨਿਵਾਜ ਜਿਨ੍ਹਾਂ ਦਾ ਨਾਂ ਲੈ ਕੇ ਜਿਉਂਦੇ ਹਾਂ ਜਦੋਂ ਸਤਿਗੁਰਾਂ ਨੂੰ ਸਾਹਮਣੇ ਨਹੀਂ ਵੇਖਾਂਗੇ ਸਾਡੀ ਹਾਲਤ ਕੀ ਹੋਵੇਗੀ ਹੱਥ ਜੋੜ ਕੇ ਕਹਿਣ ਲੱਗੇ ਮਹਾਰਾਜ ਸਾਡਾ ਕੀ ਹੋਵੇਗਾ ਸਿੱਖ ਸੰਗਤਾਂ ਕਿਹਦੇ ਹਵਾਲੇ ਛੱਡ ਕੇ ਚੱਲੇ ਹੋ ਤਾਂ ਸਾਹਿਬ ਕਹਿੰਦੇ ਵੀ ਪ੍ਰਕਾਸ਼ ਕੀਤਾ ਜਾਵੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰਾਇਆ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਪੰਜ ਪਿਆਰੇ ਭਾਈ ਧਰਮ ਸਿੰਘ ਜੀ ਅਤੇ ਫਿਰ ਇੱਕ ਬਾਬਾ ਦੀਪ ਸਿੰਘ ਜੀ ਸ਼ਹੀਦ ਭਾਈ ਹਰ ਸਿੰਘ ਜੀ ਇਹ ਮਹਾਰਾਜ ਦੀ ਡਾਇਰੀ ਲਿਖਦੇ ਹੁੰਦੇ ਸਨ ਰੋਜ਼ ਭਾਈ ਗੁਰਬਖਸ਼ ਸਿੰਘ ਜੀ ਸ਼ਹੀਦ ਜਿਨ੍ਹਾਂ ਦਾ ਬੁੰਗਾ ਸ੍ਰੀ ਅਕਾਲ ਤਖਤ ਸਾਹਿਬ ਦੇ ਪਿੱਛੇ ਬਣਿਆ ਹੈ ਅਤੇ ਭਾਈ ਸੰਤੋਖ ਸਿੰਘ ਜੀ ਲਾਂਗਰੀ ਜਿਨ੍ਹਾਂ ਨੂੰ ਹਜ਼ੂਰ ਸਾਹਿਬ ਜੀ ਮਹਾਰਾਜ ਜ਼ਿੰਮੇਵਾਰੀ ਦੇ ਕੇ ਸੱਚਖੰਡ ਗਏ ਸਨ ਇਹ ਪੰਜੇ ਸਿੰਘ ਤਾਬਿਆ ਖੜ੍ਹੇ ਕੀਤੇ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰਾਇਆ ਅੱਗੇ ਸ਼ਸਤਰ ਸਜਾਏ ਅਤੇ ਮਹਾਰਾਜ ਨੇ ਹੁਕਮ ਕੀਤਾ ਭਾਈ ਗੁਰੂ ਦਰਸ ਜਹਿ ਦੇਖਣਾ ਜਿਹਨੇ ਸਾਡਾ ਦਰਸ਼ਨ ਕਰਨਾ ਹੈ ਸ੍ਰੀ ਗ੍ਰੰਥ ਦਰਸਾਏ ਉਹ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੋ ਅੱਜ ਤੋਂ ਬਾਤ ਕਰਨ ਗੁਰਸੋਂ ਚਾਹੇ ਜਿਹੜਾ ਆਪਣੇ ਗੁਰੂ ਨਾਲ ਬਚਨ ਕਰਨਾ ਚਾਹੁੰਦਾ ਹੈ ਪੜ੍ਹੇ ਗ੍ਰੰਥ ਮਨ ਲਾਇਓ ਮਨ ਲਾ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੇ ਸਾਡੇ ਨਾਲ ਹੀ ਬਚਨ ਬਲਾਸ ਹੋਣਗੇ ਇਸ ਤਰ੍ਹਾਂ ਗੁਰੂ ਗ੍ਰੰਥ ਕਲਯੁਗ ਭਇਓ ਸ੍ਰੀ ਗੁਰੂ ਰੂਪ ਮਹਾਨ ਦਸ ਪਾਤਸ਼ਾਹੀਆਂ ਇਹ ਗ੍ਰੰਥ ਦਸ ਪਾਤਸ਼ਾਹੀਆਂ ਇਹ ਗੁਰੂ ਗ੍ਰੰਥ ਜੀ ਜਾਣ ਮਹਾਰਾਜ ਕਹਿੰਦੇ ਗੁਰੂ ਗ੍ਰੰਥ ਸਾਹਿਬ ਦਸਾਂ ਪਾਤਸ਼ਾਹੀਆਂ ਦਾ ਇਹ ਰੂਪ ਜਾਣਨਾ ਕਰ ਗੁਰੂ ਕਲਗੀਧਰ ਮਹਾਰਾਜ ਸਾਹਿਬ ਜੀ ਦੇ ਸਰਬਲੋ ਗ੍ਰੰਥ ਦੇ ਵਿੱਚ ਆਪਣੇ ਬਚਨ ਹਨ ਵੀ ਅਸੀਂ ਆਪਣਾ ਜਿਹੜਾ ਸਰੀਰ ਹੈ ਇਹ ਖਾਲਸੇ ਨੂੰ ਸੌਂਪ ਚੱਲੇ ਹਾਂ ਅਤੇ ਸਾਡੀ ਜਿਹੜੀ ਜੋਤ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈ ਪੰਥ ਗ੍ਰੰਥ ਅਤੇ ਪੰਥ ਅੱਜ ਤੋਂ ਤੁਹਾਡਾ ਗੁਰੂ ਹੈ ਜਿਹੜੇ ਪੰਜ ਤਿਆਰ ਬੁਰ ਤਿਆਰ ਸਿੰਘ ਹੋਣਗੇ ਉਹ ਗੁਰੂ ਨੇ ਪਰ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਹੋਣਗੇ ਭਾਵ ਸ਼੍ਰੋਮਣੀ ਗੁਰੂ ਗ੍ਰੰਥ ਸਾਹਿਬ ਰਹੇਗਾ ਅਤੇ ਪੰਥ ਜਿਹੜਾ ਹੈ ਨਾ ਉਹ ਵੀ ਗੁਰੂ ਦੇ ਵਾਂਗ ਹੁਕਮ ਸੁਣਾਏਗਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪੰਜ ਪੈਸੇ ਨਲੀਏਰ ਲੈ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਮੱਥਾ ਟੇਕਿਆ ਅਤੇ ਹੁਕਮ ਕੀਤਾ ਆਗਿਆ ਭਈ ਅਕਾਲ ਕੀ ਤਬਹਿ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ
ਜੋ ਪ੍ਰਭ ਕੋ ਮਿਲਬੋ ਚਾਹੈ ਖੋਜ ਸ਼ਬਦ ਮੈਂ ਲੇਹ। ਇਸ ਤਰ੍ਹਾਂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਗੁਰਤਾ ਗੱਦੀ ਸਾਧ ਸੰਗਤ ਜੀ 1765 ਬਿਕਰਮੀ 1708 ਈਸਵੀ ਨੂੰ ਕੱਤਕ ਵਧੀ ਦੂਜ ਦਿਵਾਲੀ ਤੋਂ ਤੀਸਰੇ ਦਿਨ ਟਿੱਕਾ ਭਈਆ ਦੂਜ ਵਾਲੇ ਦਿਨ ਮਹਾਰਾਜ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ। ਫਿਰ ਮਹਾਰਾਜ ਸਾਹਿਬ ਵੱਡੇ ਪਲੰਘੇ ਦੇ ਉੱਤੇ ਵੱਡੇ ਸਰਾਣੇ ਦਾ ਮਹਾਰਾਜ ਜੀ ਨੇ ਢੋਹ ਲਾ ਕੇ ਬੈਠ ਗਏ। ਸੰਗਤਾਂ ਨੂੰ ਉਪਦੇਸ਼ ਦਿੱਤਾ ਅੰਤਿਮ ਸਮੇਂ, ਜਿਹੜੇ 52 ਬਚਨ ਪ੍ਰਸਿੱਧ ਨੇ ਨਾ, ਕਿ ਵੀ ਅੰਤਿਮ ਸਮੇਂ ਦੇ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਦੇ 52 ਬਚਨ ਉਹ ਸਿੰਘਾਂ ਨੇ ਮਿਹਨਤ ਕਰਕੇ ਇਕੱਠੇ ਕੀਤੇ ਹੈ, ਪਰ ਉਹ ਤੋਂ ਵੱਧ ਵੀ ਬਚਨ ਮਹਾਰਾਜ ਸਾਹਿਬ ਨੇ ਕੀਤੇ ਸਨ। 52 ਦੇ ਉਹ ਮੁੱਖ ਜਿਹੜੇ ਹਨ ਉਹ ਹਨ, ਸੋ ਕਲਗੀਧਰ ਸਾਹਿਬ ਨੇ ਸਾਰਿਆਂ ਨੂੰ ਉਪਦੇਸ਼ ਦਿੱਤਾ, ਖਾਲਸੇ ਨੂੰ ਉਪਦੇਸ਼ ਦਿੰਦੇ ਰਹੇ, ਸੰਗਤਾਂ ਸੁਣਦੀਆਂ ਰਹੀਆਂ। ਜਿਉਂ ਜਿਉਂ ਪਤਾ ਲੱਗਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚਖੰਡ ਨੂੰ ਜਾ ਰਹੇ ਨੇ, ਨਗਰਾਂ ਦੇ ਬਹੁਤ ਸਾਰੇ ਗੁਰਸਿੱਖ ਪਿਆਰੇ ਸ਼੍ਰੀ ਹਜ਼ੂਰ ਸਾਹਿਬ ਦੀ ਧਰਤੀ 'ਤੇ ਇਕੱਤਰ ਹੋ ਗਏ। ਅਖੀਰ ਜੋ ਅੱਜ ਦਾ ਸਮਾਂ ਆਇਆ, ਸਾਧ ਸੰਗਤ ਕੱਤਕ ਸੁਧੀ 5 ਨੂੰ 8 ਕੱਤਕ 1765 ਬਿਕਰਮੀ 1708 ਈਸਵੀ 19 ਨਵੰਬਰ ਵੀਰਵਾਰ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਭਾਈ ਦਇਆ ਸਿੰਘ ਜੀ ਨੂੰ ਹੁਕਮ ਕੀਤਾ ਵੀ ਅੰਗੀਠਾ ਤਿਆਰ ਕੀਤਾ ਜਾਵੇ। ਚੰਦਨ ਦਾ ਅੰਗੀਠਾ ਤਿਆਰ ਹੋਇਆ, ਹੁਕਮ ਹੋਇਆ ਵੀ 4 ਸਫੇਰੇ ਕਨਾਦ ਤਾਣ ਦਿੱਤੀ ਜਾਵੇ ਅਤੇ ਅੰਦਰ ਕੋਈ ਨਾ ਆਵੇ। ਮਹਾਰਾਜ ਨੇ ਦਸਤਾਰ ਸਜਾਈ, ਕਲਗੀ ਜਿਗਾ ਸਜਾਈ, ਸ਼ਸਤਰ ਸਜਾਏ, ਕਮਰ ਕੱਸਾ ਕੀਤਾ, ਜਿਵੇਂ ਮਹਾਰਾਜ ਤਿਆਰ ਬੁਰ ਤਿਆਰ ਰਹਿੰਦੇ ਸਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਰ ਸਮੇਂ, ਉਸੇ ਤਰ੍ਹਾਂ ਮਹਾਰਾਜ ਨੇ ਤਿਆਰੀ ਕੀਤੀ। ਸੋਹਣਾ ਕਮਰ ਕੱਸਾ ਸਜਾਇਆ, ਕਮਰ ਕੱਸੇ ਦੇ ਸ਼ਸਤਰ ਸਜਾਏ, ਧਨੁਖ ਬਾਣ ਮਹਾਰਾਜ ਨੇ ਧਾਰਨ ਕੀਤਾ, ਵੱਡੀ ਕਿਰਪਾਨ ਗਾਤਰੇ ਪਾਈ, ਦਸਤਾਰ 'ਤੇ ਕਲਗੀ ਜਿਗਾ ਸਜਾਈ। ਸੋਹਣੀ ਮਹਾਰਾਜ ਜੀ ਨੇ ਸਾਧ ਸੰਗਤ ਦਸਤਾਰ ਦੇ ਵਿੱਚ ਜੋ ਮਹਾਰਾਜ ਸ਼ਸਤਰ ਪਹਿਨਦੇ ਸਨ ਉਹ ਸਾਰੇ ਸ਼ਸਤਰ ਵੀ ਪਹਿਨੇ, ਸੁੰਦਰ ਪੁਸ਼ਾਕਾਂ ਪਹਿਨ ਕੇ, ਅਤੇ ਗੁਰੂ ਕਲਗੀਧਰ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਹੁਕਮ ਕੀਤਾ ਵੀ ਕਨਾਤ ਦੇ ਅੰਦਰ ਕੋਈ ਨਾ ਆਵੇ ਅਤੇ ਅੰਗੀਠਾ ਕੋਈ ਨਾ ਫੋਲੇ। ਸੰਗਤਾਂ ਵੈਰਾਗ ਵਿੱਚ ਨੇ ਅਤੇ ਮਹਾਰਾਜ ਜਾ ਕਰਕੇ ਅੰਗੀਠੇ ਦੇ ਬਿਰਾਜਮਾਨ ਹੋਏ, ਖੜ੍ਹੇ ਹੋਏ ਫਿਰ ਚਿਤਾ ਪਰ, ਚਿਤਾ ਦੇ ਉੱਤੇ ਖੜ੍ਹੇ ਹੋ ਕੇ ਊਚ ਧੁਨ ਗੁਰਦੇਵ ਉੱਚੀ ਧੁਨ ਦੇ ਨਾਲ ਗੁਰੂ ਕਲਗੀਧਰ ਸਾਹਿਬ ਜੀ ਨੇ ਫਤਿਹ ਬੁਲਾਈ ਪੰਥ ਕੋ ਅੰਤ ਸਮੇਂ ਗੁਰਦੇਵ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਫਤਿਹ ਬੁਲਾ ਕੇ ਮਹਾਰਾਜ ਸਾਹਿਬ ਸਾਧ ਸੰਗਤ ਸੱਚਖੰਡ ਗਮਨ ਕਰ ਗਏ। ਚਿਖਾ ਨੂੰ ਅਗਣ ਲਾਈ, ਪਰ ਆਪ ਮਹਾਰਾਜ ਸਣ ਦੇਈ ਗੁਰੂ ਨਾਨਕ ਦੇਵ ਸਾਹਿਬ ਜੀ ਵਾਂਗ ਸੱਚਖੰਡ ਨੂੰ ਗਏ। ਬਾਅਦ 'ਚ ਇੱਕ ਸਿੱਖ ਨੇ ਜਿਹੜਾ ਘੋੜਿਆਂ ਦਾ ਸੇਵਾਦਾਰ, ਉਹਨੇ ਆ ਕੇ ਸੰਗਤਾਂ ਨੂੰ ਦੱਸਿਆ ਵੀ ਸੀ ਵੀ ਇੱਕ ਘੋੜਾ ਮਹਾਰਾਜ ਦੀ ਸਵਾਰੀ ਵਾਲਾ ਉਹ ਵੀ ਨਹੀਂ ਹੈਗਾ, ਸਮੇਤ ਘੋੜੇ ਦੇ ਸ਼ਸਤਰ ਬਸਤਰ ਪਹਿਨ ਕਰਕੇ ਜਿਵੇਂ ਪਰਮੇਸ਼ੁਰ ਦੇ ਹੁਕਮ ਨਾਲ ਮਹਾਰਾਜ ਕਹਿੰਦੇ ਵੀ ਅਸੀਂ ਇਸ ਜਗਤ ਵਿੱਚ ਆਏ ਹਾਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਗਤ ਦੇ ਉਧਾਰ ਕਰਨ ਵਾਸਤੇ ਗੁਰੂ ਸਾਹਿਬ ਕੇ ਕਲਗੀਧਰ ਸਾਹਿਬ ਸੱਚਖੰਡ ਗਮਨ ਕਰ ਗਏ। ਧੰਨ ਗੁਰੂ ਕਲਗੀਧਰ ਮਹਾਰਾਜ ਜੀ, ਸੂਰਜ ਕਿਰਨ ਮਿਲੈ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਦੇ ਮਾਂ ਵਾਕ ਅਨੁਸਾਰ।
ਪਾਤਸ਼ਾਹ ਜੀ ਸੱਚਖੰਡ ਗਮਨ ਕਰ ਗਏ ਸਨ। ਅੱਜ ਗੁਰੂ ਕਲਗੀਧਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਸੱਚਖੰਡ ਗਮਨ ਦਿਵਸ ਸਤਿਕਾਰ ਦੇ ਸਹਿਤ ਸਮੁੱਚੀਆਂ ਸਿੱਖ ਸੰਗਤਾਂ ਮਨਾ ਰਹੀਆਂ ਨੇ। 42 ਕੁ ਸਾਲ ਦੇ ਕਰੀਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਰੀਰ ਕਰਕੇ ਆਯੂ ਸੀ, ਪਰ ਇਹਨਾਂ 42 ਸਾਲਾਂ ਦੇ ਵਿੱਚ ਮਹਾਰਾਜ ਜੀ ਨੇ ਜੋ ਬਚਨ ਕੀਤਾ ਸੀ ਵੀ ਇਨ ਗਰੀਬ ਸਿੱਖਣ ਕੋ ਦੇਉ ਪਾਤਸ਼ਾਹੀ ਯਾਦ ਕਰੈ ਹਮਰੀ ਗੁਰਿਆਈ, ਵੀ ਇਹ ਗਰੀਬ ਸਿੱਖ ਜਿਨ੍ਹਾਂ ਨੂੰ ਕੋਈ ਲਾਗੇ ਨਹੀਂ ਲਾਉਂਦਾ, ਕੋਈ ਸ਼ੂਦਰ ਕਹਿ ਕੇ, ਕੋਈ ਨੀਵਾਂ ਕਹਿ ਕੇ, ਕੋਈ ਪੈਸੇ ਵੱਲੋਂ ਕਮਜ਼ੋਰ ਕਹਿ ਕੇ ਧਿਰਕਾਰ ਦਿੰਦੇ ਸਨ, ਇਹਨਾਂ ਨੂੰ ਪਾਤਸ਼ਾਹੀ ਬਾਦਸ਼ਾਹਤ ਬਖਸ਼ਾਂਗੇ ਵੀ ਸਾਰੇ ਇਹਨਾਂ ਅੱਗੇ ਚੁੱਕਣਗੇ। ਐਸੇ ਗੁਰੂ ਗਰੀਬ ਨਿਵਾਜ ਨੀਲੇ ਦੇ ਸ਼ਾਹ ਸਵਾਰ ਪੰਥ ਦੇ ਵਾਲੀ ਮਹਾਰਾਜ ਦੇ ਚਰਨਾਂ 'ਤੇ ਸਿੱਜਦਾ ਹੈ। ਸਾਹਿਬਾਂ ਦਾ ਜੀਵਨ ਬੇਅੰਤ ਹੈ, ਉਹ 'ਚੋਂ ਵੀ ਆਪਾਂ ਸੰਖੇਪ ਤੋਂ ਵੀ ਸੰਖੇਪ ਮਹਾਰਾਜ ਦੇ ਜੀਵਨ ਦੇ ਦਰਸ਼ਨ ਕੀਤੇ ਨੇ। ਗੁਰੂ ਕਲਗੀਧਰ ਸਾਹਿਬ ਕਿਰਪਾ ਕਰਨ ਆਪਣੇ ਪੰਥ ਵਿੱਚ ਆਪ ਹੀ ਏਕਤਾ ਬਖਸ਼ਣ ਅਤੇ ਪੰਥ ਦੀ ਚੜ੍ਹਦੀ ਕਲਾ ਕਰਨ। ਮਹਾਰਾਜ ਆਪਣੇ ਤਿਆਰ ਮੁਰ ਤਿਆਰ ਹੋਣ ਦਾ ਸਿੱਖ ਸੰਗਤਾਂ ਨੂੰ ਬਲ ਬਖਸ਼ਣ। ਸਾਧ ਸੰਗਤ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੈ ਉਹ ਰਹਿਤ ਵੇ ਤਿਆਰ ਮੁਰ ਤਿਆਰ ਹੋ, ਜਿਹੜੇ ਹਾਲਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਚਨਾਂ ਨੂੰ ਕਮਾ ਕੇ ਅੰਮ੍ਰਿਤਧਾਰੀ ਨਹੀਂ ਹੋਏ, ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਤਾਂ ਕਿ 310 ਸਾਲ ਹੋ ਗਏ ਨੇ ਸੱਚਖੰਡ ਗਿਆ ਨੂੰ ਗੁਰੂ ਕਲਗੀਧਰ ਸਾਹਿਬ ਮਹਾਰਾਜ ਨੂੰ ਸਰੀਰ ਕਰਕੇ ਪਰ ਜੋਤ ਕਰਕੇ ਹਾਜ਼ਰ ਨਾਜ਼ਰ ਹਨ ਸਾਹਮਣੇ ਸਾਡੇ, ਅਤੇ ਮਹਾਰਾਜ ਦੀਆਂ ਖੁਸ਼ੀਆਂ ਬਖਸ਼ਿਸ਼ਾਂ ਪ੍ਰਾਪਤ ਕਰਨੀਆਂ ਏ ਤਾਂ ਸਤਿਗੁਰਾਂ ਦਾ ਬਚਨ ਕਮਾਈਏ। ਗੁਰ ਇਤਿਹਾਸ ਦੀ ਵਿਚਾਰ ਕਰਦਿਆਂ ਹੋਈਆਂ ਅਨੇਕਾਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ। ਆਓ ਜਿਹਦੇ ਲੜ ਲਾ ਕੇ ਗਏ ਨੇ ਸਾਨੂੰ ਮਹਾਰਾਜ ਸਾਹਿਬ ਕਹਿੰਦੇ ਵੀ ਜੇ ਸਾਡੇ ਦਰਸ਼ਨ ਕਰਨੇ ਨੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੋ, ਜੇ ਸਾਡੇ ਨਾਲ ਬਚਨ ਬਿਲਾਸ ਕਰਨੇ ਹੈ ਤਾਂ ਗੁਰਬਾਣੀ ਮਨ ਚਿਤ ਲਾ ਕੇ ਪੜ੍ਹੋ ਸੁਣੋ, ਅਤੇ ਆਓ ਗੁਰੂ ਕਲਗੀਧਰ ਮਹਾਰਾਜ ਨਾਲ ਬਚਨ ਬਿਲਾਸ ਕਰੀਏ। ਸਾਹਿਬਾਂ ਦੀ ਚੱਲ ਰਹੀ ਸਹਿਜ ਪਾਠ ਸੰਥਿਆ ਵਿੱਚ ਹਾਜ਼ਰੀ ਭਰੋ, ਸਾਰੀ ਸੰਗਤ ਰਸਨਾ ਕਰੋ ਪਵਿੱਤਰ, ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪੰਜਵਾ, ਪੰਚ ਸਿੰਘ ਰਾਖੇ ਪ੍ਰਭ ਮਾਰ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ 899 ਅੰਗ ਦੇ ਉੱਤੋਂ ਸੰਥਿਆ ਆਰੰਭ ਹੋ ਰਹੀ ਹੈ। ਆਰਾਮ ਕਲੀ ਰਾਗ ਹੈ ਅਤੇ 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਮੁੱਖ ਤੋਂ ਪ੍ਰਗਟ ਹੋਈ ਬਾਣੀ ਹੈ। ਪੰਚ ਸਿੰਘ ਰਾਖੇ ਪ੍ਰਭ ਮਾਰ, ਜਿਵੇਂ ਪਿਛਲਾ ਸ਼ਬਦ ਮਹਾਰਾਜ ਨੇ ਅੰਤਰੀਵ ਰੂਪ ਦੇ ਵਿੱਚ ਸਾਹਿਬਾਂ ਨੇ ਕਿਹਾ ਸੀ ਨਾ, ਜਦੋਂ ਮਾਲਕ ਕਿਰਪਾ ਕਰਦਾ ਹੈ ਤਾਂ ਉਸ ਵੇਲੇ ਬਹੁਤੀਆਂ ਬਖਸ਼ਿਸ਼ਾਂ ਹੁੰਦੀਆਂ ਨੇ, ਇਵੇਂ ਇੱਥੇ ਸਾਹਿਬ ਕਹਿੰਦੇ ਪੰਚ ਸਿੰਘ। ਸਿੰਘ ਨਾਮ ਹੈ ਸਾਧ ਸੰਗਤ ਸ਼ੇਰ ਦਾ, ਅਤੇ ਇੱਥੇ ਸ਼ੇਰ ਵਾਂਗ ਤੋਂ ਭਾਵ ਬਲ ਲੈਣਾ, ਵੀ ਜਿਹੜੇ ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਿੰਘ ਸ਼ੇਰ ਦੇ ਵਾਂਗ ਬਣੇ ਹੋਏ ਆਪਣਾ ਦਬਾਅ ਪਾ ਰਹੇ ਸਨ ਸਾਡੇ ਉੱਤੇ, ਸਾਨੂੰ ਦੱਬ ਰਹੇ ਸਨ। ਇਹ ਪੰਜਾਂ ਹੰਕਾਰ ਵਿਕਾਰਾਂ ਰੂਪੀ ਸ਼ੇਰਾਂ ਨੂੰ ਮਹਾਰਾਜ ਸਾਹਿਬ ਜੀ ਨੇ ਪੰਜ ਸਿੰਘ ਰਾਖੇ ਪ੍ਰਭ ਮਾਰ, ਇਹਨਾਂ ਨੂੰ ਮਾਰ ਕੇ ਅਤੇ ਸਾਡੇ ਅੰਦਰ ਜਿਹੜੇ ਸ਼ੁਭ ਗੁਣ ਸਨ ਸਤ ਸੰਤੋਖ ਦਇਆ ਧਰਮ ਆਦਿਕ,
ਉਹਨਾਂ ਗੁਣਾਂ ਦੀ ਰੱਖਿਆ ਕੀਤੀ ਹੈ, ਜਾਂ ਪੰਜਾਂ ਨੂੰ ਮਾਰ ਕੇ ਰੱਖ ਲਿਆ, ਧਰ ਦਿੱਤਾ ਏ ਦਸ ਬਘਿਆੜੀ ਲਈ ਨਿਵਾਰ। ਤੇ ਫਿਰ ਬਘਿਆੜ ਦੇ ਘਰੋਂ ਬਘਿਆੜੀਆਂ ਹੁੰਦੀਆਂ ਨਾ, ਦਸ ਬਘਿਆੜੀ ਬਘਿਆੜ ਕਹਿ ਦਿੰਦੇ, ਜਾਂ ਬਘਿਆੜੀਆਂ ਨੂੰ ਕਹਿ ਦਿੰਦੇ ਵੀ ਜਿਹੜਾ ਬਹੁਤਾ ਹੀ ਖਾਵੇ ਨਾ, ਕਹਿੰਦੇ ਵੀ ਇਹ ਤਾਂ ਬਘਿਆੜ ਹੀ ਆ, ਵੀ ਸਭ ਕੁਝ ਹਜ਼ਮ ਕਰ ਜਾਂਦਾ। ਕਹਿੰਦੇ ਦਸ ਬਘਿਆੜੀ ਲਈ ਨਿਵਾਰ, ਜੋ ਸਾਧ ਸੰਗਤ ਵਿਸ਼ੇ ਵਿਕਾਰਾਂ ਰੂਪੀ ਘਾਹ ਖਾਣ ਵਾਲੀਆਂ ਪੰਜੇ ਗਿਆਨ ਇੰਦਰੀਆਂ ਰੂਪ ਬਘਿਆੜੀਆਂ ਸਨ। ਵਾਹਿਗੁਰੂ ਪੰਜੇ ਗਿਆਨ ਇੰਦਰੇ ਅਤੇ ਪੰਜੇ ਕਰਮ ਇੰਦਰੇ, ਇਹ ਦਸੇ ਜੋ ਬਘਿਆੜੀਆਂ ਸਨ ਇੰਦਰੀਆਂ, ਮਹਾਰਾਜ ਕਹਿੰਦੇ ਲਈ ਨਿਵਾਰ, ਇਹ ਵੀ ਨਿਵਾਰ ਨਿਵਿਰਤ ਕਰ ਲਈਆਂ ਨੇ। ਭਾਵ ਇਹਨਾਂ ਦਾ ਜਿਹੜਾ ਪ੍ਰਭਾਵ ਸੀ ਨਾ, ਹਰ ਸਮੇਂ ਆਪੋ ਆਪਣੇ ਵਿਸ਼ੇ ਵੱਲ ਖਿੱਚਦੀਆਂ ਸਨ। ਇਹ ਦਸੇ ਬਘਿਆੜ ਨਾ, ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ, ਇਹਨਾਂ ਦਾ ਪ੍ਰਭਾਵ ਮਹਾਰਾਜ ਨੇ ਦੂਰ ਕਰ ਦਿੱਤਾ, ਭਾਵ ਵਸ ਵਿੱਚ ਕਰ ਲਈਆਂ ਨੇ। ਹੁਣ ਅੱਖਾਂ ਪਰਾਇਆ ਰੂਪ ਨਹੀਂ ਵੇਖਦੀਆਂ, ਮਹਾਰਾਜ ਦੇ ਦਰਸ਼ਨ ਕਰਦੀਆਂ ਸਭ ਵਿੱਚ। ਕੰਨ ਹੁਣ ਪਰਾਈ ਨਿੰਦਿਆ ਦੇ ਆਪਣੀ ਉਸਤਤ ਦੇ ਬਚਨ ਨਹੀਂ ਸੁਣਨਾ ਚਾਹੁੰਦੇ, ਹੁਣ ਹਰ ਜਸ ਸੁਣਦੇ ਨੇ। ਇੱਦਾਂ ਦਸਾਂ ਇੰਦਰਿਆਂ ਦਾ ਵਾਹਿਗੁਰੂ ਵਾਲੇ ਪਾਸੇ ਜੋ ਧਿਆਨ ਹੋ ਗਿਆ, ਇਹ ਦਸੇ ਬਘਿਆੜੀਆਂ ਵੀ ਨਿਵਾਰ ਲਈਆਂ ਹਨ, ਦਬਾ ਲਈਆਂ ਹਨ। ਤੀਨ ਅਵਰਤ ਕੀ ਚੂਕੀ ਘੇਰ, ਆ ਤੇ ਥੋੜ੍ਹਾ ਜਿਹਾ ਰੋਕੇ, ਤੀਨ ਅਵਰਤ ਕੀ, ਅਵਰਤ ਨਹੀਂ ਕਹਿਣਾ, ਅਵਰਤ ਕੀ ਚੂਕੀ ਘੇਰ। ਅਵਰਤ ਸਾਧ ਸੰਗਤ ਕਹਿੰਦੇ ਨੇ ਘੁੰਮਣ ਘੇਰੀ ਨੂੰ, ਅਤੇ ਤੀਨ ਤਿੰਨ ਦੀ ਗਿਣਤੀ ਕੀ ਹੈ, ਤਿੰਨ ਦੀ ਗਿਣਤੀ ਵਿਦਵਾਨਾਂ ਨੇ ਕਈ ਕੀਤੀ ਹੈ, ਪਰ ਇੱਥੇ ਜੋ ਮਾਇਆ ਦੇ ਤਿੰਨ ਗੁਣ ਨੇ ਨਾ, ਰਜੋ ਤਮੋ ਅਤੇ ਸਤੋ, ਉਹੀ ਮੁੱਖ ਰਹੇਗਾ। ਉਹ ਤਾਂ ਭੂਤ ਭਵਿੱਖ ਵਰਤਮਾਨ ਇਹ ਤਿੰਨ ਸਮਿਆਂ ਦੀ ਵੀ ਘੁੰਮਣ ਘੇਰੀ ਹੈ, ਜਾਂ ਜਾਗਤ ਸੁਪਨ ਸੁਖੋਪਤ ਅਵਸਥਾ ਦੀ ਵੀ ਹੈ, ਬਾਲ ਜਵਾਨੀ ਬਿਰਧ ਅਵਸਥਾ ਵੀ ਹੈ। ਇਸੇ ਪ੍ਰਕਾਰ ਸਾਧ ਸੰਗਤ ਹੋਰ ਵੀ ਕਈ ਤਿੰਨ ਦੀ ਗਿਣਤੀ ਵਿੱਚ ਆ ਜਾਂਦੇ ਨੇ, ਪਰ ਇੱਥੇ ਤਿੰਨ ਜਿਹੜੇ ਨੇ, ਤੀਨ ਅਵਰਤ ਕੀ, ਵੀ ਤਿੰਨ ਗੁਣ ਜੋ ਮਾਇਆ ਦੇ ਹੈ, ਉਹਨਾਂ ਦੀ ਜੋ ਅਵਰਤ ਘੁੰਮਣ ਘੇਰੀ ਹੈ, ਚੱਕਰੀ ਹੈ, ਚੁੱਕੀ ਘੇਰ, ਉਹ ਚੱਕਰੀ ਚੁੱਕੀ ਚੁੱਕੀ ਗਈ, ਨਿਵਿਰਤ ਹੋ ਗਈ ਹੈ। ਭਾਵ ਤਿੰਨਾਂ ਗੁਣਾਂ ਦੇ ਵਿੱਚ ਹੀ ਜਿਹੜਾ ਫਸੇ ਹੋਏ ਸਾਂ ਹਰ ਸਮੇਂ, ਇਹ ਮਹਾਰਾਜ ਸਾਹਿਬ ਜੀ ਕਹਿੰਦੇ ਹੁਣ ਤਿੰਨਾਂ ਗੁਣਾਂ ਦਾ ਪ੍ਰਭਾਵ ਵੀ ਖਤਮ ਹੋ ਗਿਆ ਏ। ਸਾਧ ਸੰਗ ਚੁੱਕੇ ਭੈ ਫੇਰ, ਤੇ ਹੁਣ ਸਾਧ ਸੰਗਤ ਕਰਨ ਦਾ ਇਹ ਫਾਇਦਾ ਹੋਇਆ ਸਾਨੂੰ ਮਹਾਰਾਜ ਸਾਹਿਬ ਦੀ ਕਿਰਪਾ ਕਰਕੇ, ਚੁੱਕੇ ਭੈ ਫੇਰ, ਸੱਤ ਪ੍ਰਕਾਰ ਦਾ ਭੈ ਡਰ, ਅਤੇ ਫੇਰ ਹੁੰਦਾ ਫੇਰੇ ਗੇੜੇ, 84 ਲੱਖ ਜੂਨੀਆਂ ਦੇ ਜਿਹੜੇ ਗੇੜੇ ਚੱਕਰ ਸਨ ਉਹ ਵੀ ਨਿਵਿਰਤ ਹੋ ਗਏ ਨੇ, ਭਾਵ ਜੰਮਣ ਮਰਨ ਮੁੱਕ ਗਿਆ ਹੈ। ਸਿਮਰ ਸਿਮਰ ਜੀਵਾ ਗੋਬਿੰਦ, ਜੀਵਾ 'ਤੇ ਵਿਸ਼ਰਾਮ ਹੈ, ਸਿਮਰ ਸਿਮਰ ਜੀਵਾ ਗੋਬਿੰਦ, ਜੋ ਗੋ ਪ੍ਰਿਥਵੀ ਦੀ ਰੱਖਿਆ ਕਰਨ ਵਾਲਾ ਪਰਮੇਸ਼ਰ ਹੈ, ਗੋ ਪ੍ਰਿਥਵੀ ਦੇ ਬਿੰਦ ਰੱਖਿਅਕ ਅਕਾਲ ਪੁਰਖ ਹੈ, ਉਸ ਵਾਹਿਗੁਰੂ ਨੂੰ ਵੀ ਮਹਾਰਾਜ ਕਹਿੰਦੇ ਵੀ ਸਿਮਰ ਸਿਮਰ ਜੀਵਾ, ਉਹ ਸਿਮਰ ਨੇ ਯੋਗ ਪਰਮੇਸ਼ਰ ਨੂੰ ਸਿਮਰਨਾ ਕਰੋ, ਵੀ ਯਾਦ ਕਰੋ, ਉਹਨੂੰ ਸਿਮਰ ਕਰਕੇ ਆਤਮਿਕ ਜੀਵਨ ਵੱਲ ਜਿਉਂਦੇ ਹੋ ਜਾਈਦਾ ਹੈ। ਅਸੀਂ ਤਾਂ ਮਹਾਰਾਜ ਕਹਿੰਦੇ ਉਸ ਮਾਲਕ ਦਾ ਸਿਮਰਨ ਕਰ ਕਰਕੇ ਜਿਉਂਦੇ ਹਾਂ। ਕਰ ਕਿਰਪਾ ਰਾਖਿਓ ਦਾਸ ਆਪਣਾ, ਉਸ ਪਰਮੇਸ਼ਰ ਅਕਾਲ ਪੁਰਖ ਨੇ ਕਿਰਪਾ ਕੀਤੀ, ਮਹਾਰਾਜ ਨੇ ਕਿਰਪਾ ਦ੍ਰਿਸ਼ਟੀ ਕਰਕੇ ਸਾਨੂੰ ਆਪ ਦਾ ਦਾਸ ਸੇਵਕ ਜਾਣ ਕੇ
ਮਹਾਰਾਜ ਜੀ ਕਹਿੰਦੇ ਵੀ ਰੱਖਿਓ, ਰੱਖ ਲਿਆ ਹੈ, ਰੱਖਿਆ ਕਰ ਲਈ ਹੈ, ਲੋਕ ਪਰਲੋਕ ਕਰਕੇ ਜੰਮਣ ਮਰਨ ਵੱਲੋਂ ਵਿਕਾਰਾਂ ਵੱਲੋਂ ਬਚਾ ਲਿਆ ਏ। ਸਦਾ ਸਦਾ ਸਾਚਾ ਬਖਸਿੰਧ, ਜੋ ਸਾਚਾ ਸੱਚਾ ਤ੍ਰੈ ਕਾਲ ਆਬਾਦ, ਜਿਹੜਾ ਤਿੰਨੇ ਕਾਲ ਨਾਸ ਨਾ ਹੋਵੇ, ਐਸਾ ਜੋ ਸੱਚਾ ਪਰਮੇਸ਼ਰ ਹੈ, ਉਹ ਸਦਾ ਸਦਾ ਹਮੇਸ਼ਾ ਹੀ ਹਮੇਸ਼ਾ ਬਖਸਿੰਧ, ਬਖਸ਼ਾਂ ਦੇ ਕਰਨ ਵਾਲਾ ਹੈ, ਸਦੀਵ ਕਾਲ ਔਗਣ ਬਖਸ਼ ਦਿੰਦਾ ਹੈ ਤੇ ਰਹਿਮਤਾਂ ਵਰਤਾ ਦਿੰਦਾ ਹੈ। ਰਹਾਉ ਦਾਜ ਗਏ ਤ੍ਰਿਣ ਪਾਪ ਸਮੇਰ, ਦਾਜ ਗਏ ਤ੍ਰਿਣ, ਤ੍ਰਿਣ ਤੇ ਵਿਸ਼ਰਾਮ ਹੈ, ਦਾਜ ਨਾਮ ਸੜਨਦਾ ਤੇ ਤ੍ਰਿਣ ਹੁੰਦੇ ਸੁੱਕੇ ਕੱਖ ਕਾਨ ਆਦਿਕ। ਮਹਾਰਾਜ ਜੀ ਕਹਿੰਦੇ ਵੀ ਪਾਪ ਸਮੇਰ, ਜਿਹੜੇ ਪਾਪ ਗੁਨਾਹ ਕੀਤੇ ਸੀ ਕਈ ਜਨਮਾਂ ਦੇ, ਤੇ ਸੁਮੇਰ ਪਰਬਤ ਜਿਵੇਂ ਬਹੁਤ ਵੱਡਾ ਪਰਬਤ ਮੰਨਿਆ ਹੈ ਸਭ ਤੋਂ, ਉਹਦੇ ਵਰਗੇ ਵੱਡੇ ਦੇ ਅਹਿਲ ਜਿਹੜੇ ਪਾਪ ਸਨ ਜਨਮਾਂ ਦੇ, ਅਟਲ ਪਾਪ ਨਾਲ ਹੀ ਤੁਰੇ ਆ ਰਹੇ ਸਨ, ਉਹ ਮਹਾਰਾਜ ਸਾਹਿਬ ਦੀ ਕਿਰਪਾ ਸਦਕਾ ਐਵੇਂ ਸੜ ਗਏ ਨੇ ਜਿਵੇਂ ਸੁੱਕੇ ਕੱਖ, ਝਾਟੀ ਘਾਹ ਆਦਿਕ ਜੋ ਸੁੱਕਾ ਹੋਵੇ, ਕੱਖ ਕਣ ਸੁੱਕਾ ਹੋਵੇ, ਅੱਗ ਲੱਗੇ ਤਾਂ ਬਹੁਤ ਹੀ ਉਹ ਛੇਤੀ ਸੜਦੇ ਨੇ। ਇਵੇਂ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਉਹਦੇ ਘਾਹ ਦੇ ਵੱਤ ਸਾਰੇ ਹੀ ਸੜ ਗਏ ਹਨ ਪਾਪ। ਜਪ ਜਪ ਨਾਮ ਪੂਜੇ ਪ੍ਰਭ ਪੈਰ, ਅਤੇ ਪ੍ਰਭੂ ਪਰਮੇਸ਼ਰ ਦੇ ਨਾਮ ਨੂੰ ਜਪ ਜਪ ਸਿਮਰ ਸਿਮਰ ਕੇ ਪਰਮੇਸ਼ਰ ਦੇ ਚਰਨ ਕਮਲਾਂ ਦਾ ਅਸੀਂ ਪੂਜਣ ਕਰਦੇ ਹਾਂ, ਭਾਵ ਉਸ ਵਾਹਿਗੁਰੂ ਦਾ ਸਿਮਰਨ ਕਰਨਾ, ਇਹੀ ਸਾਡੇ ਲਈ ਚਰਨ ਪੂਜਣੇ ਹਨ। ਅਨੰਦ ਰੂਪ ਪ੍ਰਗਟਿਓ ਸਭ ਥਾਂ, ਹੁਣ ਅਨੰਦ ਰੂਪ, ਅਨੰਦ ਸੁਖ ਰੂਪ ਤੋਂ ਭਾਵ ਸਰੂਪ, ਜਿਹੜਾ ਆਨੰਦ ਸਰੂਪ ਸਦਾ ਖੇੜੇ ਵਾਲਾ ਸਾਧ ਸੰਗਤ ਪਰਮੇਸ਼ਰ ਹੈ, ਪ੍ਰਗਟਿਓ ਸਭ ਥਾਂ, ਉਹ ਸਾਰਿਆਂ ਥਾਵਾਂ ਵਿੱਚ ਹੀ ਪ੍ਰਗਟਿਓ, ਪ੍ਰਗਟ ਪਰਿਪੂਰਨ ਜਾਣ ਲਿਆ, ਹੁਣ ਪ੍ਰਗਟ ਹੋ ਗਿਆ ਸਾਨੂੰ, ਜਿੱਧਰ ਵੀ ਵੇਖਦੇ ਹਾਂ ਉੱਥੇ ਪਰਮੇਸ਼ਰ ਹੀ ਦਿਖਦਾ ਹੈ। ਪ੍ਰੇਮ ਭਗਤ ਜੋਰੀ ਸੁਖਮਾਨ, ਪ੍ਰੇਮਾ ਭਗਤੀ ਦੇ ਵਿੱਚ ਜੋਰੀ ਚਿੱਤ ਦੀ ਬਿਰਤੀ ਜੋੜੀ ਹੈ, ਅਤੇ ਮਹਾਰਾਜ ਸਾਹਿਬ ਕਹਿੰਦੇ ਉਹਨੂੰ ਜੋੜ ਕੇ ਸੁੱਖ ਮਾਨ, ਸੁੱਖ ਆਨੰਦ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਦੇ ਸੁੱਖ ਨੂੰ ਮਾਨਣਾ ਕੀਤਾ, ਜਾਂ ਸਦਾ ਸੁੱਖ ਆਨੰਦ ਮਾਣਦੇ ਹਾਂ। ਹੁਣ ਸਾਗਰ ਤਰਿਓ ਬਾਸ਼ਰ ਖੋਜ, ਸਾਗਰ ਤਰਿਓ ਬਾਸ਼ਰ ਖੋਜ, ਬਾਸ਼ਰ ਤੋਂ ਭਾਵ ਸਾਧ ਸੰਗਤ ਵਸ਼ਾ, ਖੋਜ ਹੁੰਦਾ ਜਿਵੇਂ ਵੱਛੇ ਆਦਿਕ, ਉਹ ਗਿੱਲਾ ਥਾਂ ਹੋਵੇ ਨਾ, ਅਤੇ ਵੱਛੇ ਦੇ ਪੈਰਾਂ ਨਾਲ ਜਿਹੜਾ ਖੁਰ ਖੁਰਾ ਖੋਜ ਬਣ ਜਾਂਦਾ, ਟੋਆ ਜਿਹਾ ਬਣ ਜਾਂਦਾ ਏ, ਉਹਦੇ ਵਿੱਚ ਪਾਣੀ ਖੜ ਜਾਂਦਾ ਹੈ, ਅਤੇ ਜਿਵੇਂ ਉਹਨੂੰ ਆਪਾਂ ਸਹੀਜੇ ਹੀ ਜਿਹੜਾ ਵਸ਼ਿਆਂ ਦੇ ਖੁਰਾਂ ਵਿੱਚ ਪਾਣੀ ਹੋਵੇ ਉਹਨੂੰ ਸਹੀਜੇ ਹੀ ਪਾਰ ਕਰ ਦਿੰਦੇ ਹਾਂ ਨਾ, ਕੋਈ ਉਹਨੂੰ ਟੱਪਣ ਵਾਸਤੇ ਜ਼ੋਰ ਥੋੜ੍ਹਾ ਲੱਗਦਾ ਏ। ਇਵੇਂ ਮਹਾਰਾਜ ਕਹਿੰਦੇ ਵੀ ਇਹ ਜੋ ਸੰਸਾਰ ਸਮੁੰਦਰ ਬਹੁਤ ਔਖਾ ਤਰਨਾ ਸੀ ਨਾ, ਇਹ ਹੁਣ ਇਸ ਤਰ੍ਹਾਂ ਤਰ ਗਏ ਆ ਨਾਮ ਦਾ ਸਦਕਾ, ਵੀ ਜਿਵੇਂ ਕਿਸੇ ਗਊ ਦੇ ਵੱਛੇ ਦਾ ਖੋਜ ਖੁਰੇ ਵਿੱਚ ਖੜ੍ਹੇ ਪਾਣੀ ਨੂੰ ਆਦਮੀ ਇੱਕ ਪਲਾਂਗ ਇੱਕ ਕਦਮ ਭਰ ਕੇ ਸੌਖਾ ਹੀ ਟੱਪ ਜਾਂਦਾ ਨਾ, ਤਿਵੇਂ ਨਾਮ ਦੇ ਪ੍ਰਤਾਪ ਕਰਕੇ ਅਸੀਂ ਸੌਖੇ ਹੀ, ਮਹਾਰਾਜ ਕਹਿੰਦੇ ਸੰਸਾਰ ਸਮੁੰਦਰ ਦੇ ਮੋਹ ਵਿਸ਼ੇ ਵਿਕਾਰਾਂ ਤੋਂ ਪਾਰ ਹੋ ਗਏ ਹਾਂ। ਖੇਦ ਨਾ ਪਾਇਓ ਨਹਿ ਫੁਨ ਰੋਜ, ਹੁਣ ਸੰਸਾਰ ਤੋਂ ਜਦੋਂ ਪਾਰ ਹੋਏ ਨਾ, ਪਾਰ ਹੋਣ ਦੇ ਵਕਤ ਕੋਈ ਵੀ ਖੇਦ ਹੁੰਦਾ ਦੁੱਖ ਨਹੀਂ ਪਾਉਣਾ ਕੀਤਾ, ਜਾਂ ਹੁਣ ਕੋਈ ਅਸੀਂ ਖੇਦ ਦੁੱਖ ਨਹੀਂ ਪਾਉਂਦੇ, ਨਹਿ ਫੁਨ ਰੋਜ, ਅਤੇ ਨਾ ਹੀ ਕੋਈ ਹੁਣ ਰੋਜ਼ ਨਾ ਮੈਂ ਰੋਣੇ ਦਾ, ਗਮ ਦਾ, ਦੁੱਖਾਂ ਦਾ, ਵੀ ਹੁਣ ਕੋਈ ਰੋਜ਼ ਰੋਣਾ ਆਦਿਕ, ਦੁੱਖ ਆਦਿਕ, ਗਮ ਆਦਿਕ ਵੀ ਨਹੀਂ ਸਾਨੂੰ ਹੁੰਦਾ। ਸਿੰਧ ਸਮਾਇਓ ਘੱਟ ਕੇ ਮਾਹੇ, ਸਿੰਧ ਨਾਮ ਹੈ ਸਮੁੰਦਰ ਦਾ, ਘੱਟ ਕੇ ਮਾਹੇ, ਘੱਟ ਨਾਮ ਘੜੇ ਦਾ, ਜਿਵੇਂ ਕੁੱਜੇ ਦੇ ਵਿੱਚ ਕੋਈ ਬਹੁਤ ਹੀ ਸਿਰੇ ਦੀ ਗੱਲ ਕੀਤੀ ਹੋਵੇ ਨਾ ਕਿਸੇ ਨੇ, ਤਾਂ ਕਹਿੰਦਾ ਵੀ ਇਹਨੇ ਤਾਂ ਕੁੱਜੇ ਦੇ ਵਿੱਚ ਹੀ ਸਮੁੰਦਰ ਸਮਾ ਦਿੱਤਾ, ਵੀ ਨਿਗਾਹ ਜਾਂ ਕੁੱਜਾ ਇਹਦੇ ਵਿੱਚ ਹੀ ਸਮੁੰਦਰ ਹੀ ਹੈ।
ਅਤੇ ਸਿੰਧ ਸਮਾਇਓ ਘੱਟ ਕੇ ਮਾਹੇ। ਜਿਵੇਂ ਪ੍ਰਤੱਖ ਵੀ ਇਹ ਸਾਖੀ ਹੋਈ ਸੀ ਵੀ ਅਗਸਤ ਮੁਨੀ ਦੇ ਸਰੀਰ ਰੂਪੀ ਘੜੇ ਦੇ ਵਿੱਚ ਨਾ ਸਾਰਾ ਸਮੁੰਦਰ ਹੀ ਕਹਿੰਦੇ ਸਮਾ ਗਿਆ ਸੀ, ਢਾਈ ਬੁੱਕਾਂ ਨਾਲ ਹੀ ਸਮੁੰਦਰ ਪੀ ਗਿਆ। ਇੱਥੇ ਅੰਤਰੀ ਭਾਵ ਹੈ, ਮਹਾਰਾਜ ਸਾਹਿਬ ਜੀ ਕਹਿੰਦੇ ਵੀ ਸਿੰਧ ਸਮਾਇਓ ਘੱਟ ਕੇ ਮਾਹੇ, ਵੀ ਜੋ ਪਰਮੇਸ਼ਰ ਸੁੰਦਰ ਦੀ ਨਿਆਈ ਸਮਾਉਣ ਤੋਂ ਸਮਾ ਹੈ, ਵਿਆਪਕ ਹੋ ਰਿਹਾ ਸਾਰਿਆਂ ਵਿੱਚ, ਉਹ ਪਰਮੇਸ਼ਰ ਗੁਰਮੁਖ ਜਨਾਂ ਦੇ ਹਿਰਦੇ ਵਿੱਚ ਗੁਰਾਂ ਦੀ ਕਿਰਪਾ ਕਰਕੇ ਪ੍ਰਗਟ ਹੋ ਆਇਆ। ਭਾਵ ਇਹ ਹੈ ਵੀ ਸਮੁੰਦਰ ਵਾਂਗ ਵਿਸ਼ਾਲ ਹੈ ਪਰਮੇਸ਼ਰ ਪ੍ਰਭੂ, ਪਰ ਉਹ ਜੀਵਾਂ ਦੇ ਸਾਡੇ ਹਿਰਦੇ ਰੂਪੀ ਘੜੇ ਦੇ ਵਿੱਚ ਹੀ ਸਮਾ ਗਿਆ, ਵਸ ਗਿਆ ਹੈ। ਕਰਨ ਹਾਰ ਕਉ ਕਿਛ ਅਚਰਜ ਨਾਹੀ। ਤੇ ਜੇ ਕੋਈ ਆਖੇ ਵੀ ਇਹ ਬੜੀ ਵੱਡੀ ਗੱਲ ਹੋਈ ਹੈ, ਤਾਂ ਮਹਾਰਾਜ ਕਹਿੰਦੇ ਵੀ ਜੋ ਜਗਤ ਨੂੰ ਪੈਦਾ ਕਰਨ ਵਾਲਾ ਪਰਮੇਸ਼ਰ ਹੈ, ਉਹਦੇ ਵਾਸਤੇ ਕੋਈ ਇਹ ਅਚਰਜਤਾਈ ਵਾਲੀ ਹੈਰਾਨਗੀ ਵਾਲੀ ਗੱਲ ਨਹੀਂ ਹੈ, ਕੋਈ ਅਨੋਖੀ ਗੱਲ ਨਹੀਂ, ਇਹਦੇ ਮਹਾਰਾਜ ਦੀ ਖੇਡ ਹੀ ਹੈ ਵੀ ਆਪ ਸਮੁੰਦਰ ਦੀ ਨਿਆਈ ਹੈ, ਪਰ ਫਿਰ ਵੀ ਘੜੇ ਰੂਪ ਛੋਟੇ ਜਿਹੇ ਕੁੱਜੇ ਵਾਂਗ ਹਿਰਦੇ ਜੀ ਸਮਾ ਗਿਆ ਏ। ਜੋ ਛੂਟੋ ਤਉ ਜਾਏ ਪਿਆ। ਜਦੋਂ ਸਾਧ ਸੰਗਤ ਜੀ ਜੀਵ ਸਤ ਸੰਗਤ ਕਰਨੀ ਛੱਡ ਦਿੰਦਾ ਹੈ, ਨਾਮ ਸਿਮਰਨ ਤੋਂ ਛੂਟੋ ਛੁੱਟ ਜਾਂਦਾ, ਸੰਗਤ ਨਹੀਂ ਕਰਦਾ, ਨਾਮ ਨਹੀਂ ਜਪਦਾ, ਤਾਂ ਉਹ ਜਾਏ ਪਿਆਲ, ਪਿਆਲ ਹੁੰਦਾ ਥੱਲੇ ਨੂੰ, ਨਰਕਾਂ ਨੂੰ ਜਾਂਦਾ, ਭਾਵ ਕਿ ਨਿਗਾਰ ਵੱਲ, ਥੱਲੇ ਦੇ ਗਰਕੇ ਹੋਏ ਜੀਵਨ ਵੱਲ, ਕੁਸੰਗਤ ਵੱਲ ਹੀ ਜਾਂਦਾ ਹੈ। ਜੇ ਵਾਹਿਗੁਰੂ ਦਾ ਨਾਮ ਸਿਮਰਨ ਸਤਸੰਗਤ ਛੱਡ ਦੇਵੇ, ਫਿਰ ਇਹ ਕੁਸੰਗਤ ਦੇ ਨਾਲ ਮਿਲ ਕੇ ਪਤਿਤ ਹੋ ਜਾਂਦਾ, ਠਾਂ ਦੀ ਠਾਂ ਨਰਕਾਂ ਨੂੰ ਜਾਂਦਾ ਜਾਂ ਗਰਕ ਹੀ ਜਾਂਦਾ ਹੈ। ਜੋ ਕਾਢਿਓ ਤਉ ਨਦਰ ਨਿਹਾਲ। ਜੋ ਕਾਢਿਓ, ਜਦੋਂ ਪਰਮੇਸ਼ੁਰ ਸੰਸਾਰ ਸਮੁੰਦਰ ਤੋਂ ਕਾਢਿਓ, ਕੱਢ ਕੇ ਮੁਕਤੀ ਰੂਪੀ ਕਿਨਾਰੇ ਦੇ ਪਹੁੰਚਾ ਦਿੰਦਾ ਹੈ, ਜੇ ਨਰਕਾਂ 'ਚੋਂ ਕੱਢਦਾ ਤਉ ਨਦਰ ਨਿਹਾਲ, ਤਦੋਂ ਮਿਹਰ ਭਰੀ ਨਦਰ ਦ੍ਰਿਸ਼ਟੀ ਕਰਕੇ ਨਿਹਾਲ ਆਨੰਦਿਤ ਕਰ ਦਿੰਦਾ ਹੈ। ਫਿਰ ਨਦਰੀ ਨਦਰ ਨਿਹਾਲ, ਭਾਵ ਜੀਵ ਪ੍ਰਸੰਨ ਹੋ ਜਾਂਦਾ ਜਦੋਂ ਮਹਾਰਾਜ ਨਾਮ ਸਿਮਰਨ ਵੱਲ ਜੋੜ ਕੇ, ਸੰਗਤ ਦੇ ਨਾਲ ਜੋੜ ਕੇ ਨਰਕਾਂ 'ਚੋਂ ਨੀਵੇਂਪਣ ਵੱਲੋਂ ਕੱਢ ਲੈਂਦੇ ਹਨ। ਪਾਪ ਪੁੰਨ ਹਮਰੈ ਵਸ ਨਾਹੀ। ਮਹਾਰਾਜ ਹੁਣ ਬੇਨਤੀ ਕਰਦੇ ਪੰਜਵੇਂ ਪਾਤਸ਼ਾਹ, ਕਹਿੰਦੇ ਹੇ ਵਾਹਿਗੁਰੂ, ਪਾਪ ਜਿਹੜੇ ਭੈੜੇ ਕਰਮ, ਇਹਨਾਂ ਦਾ ਤਿਆਗ ਕਰਨਾ, ਅਤੇ ਪੁੰਨ ਚੰਗੇ ਕਰਮਾਂ ਦੇ ਵਿੱਚ ਆਪਣਾ ਜੀਵਨ ਪਰਿਪੱਕ ਕਰਨਾ। ਹਮਰਾ ਵਸ ਨਾਹੇ, ਇਹ ਅਲਪੱਗ ਹਾਂ ਜੀਵ ਅਸੀਂ, ਅਤੇ ਅਲਪੱਗ ਹੋਣ ਕਰਕੇ ਮਹਾਰਾਜ ਸਾਡੇ ਵਸ ਅਧੀਨ ਨਾਹੇ ਨਹੀਂ ਹੈ, ਸਾਡੇ ਆਪਣੇ ਆਪ ਵਸ ਦੀ ਗੱਲ ਨਹੀਂ ਹੈ ਵੀ ਜੇ ਅਸੀਂ ਆਖੀਏ ਵੀ ਪਾਪ ਤਿਆਗ ਦਿਆਂਗੇ ਅਤੇ ਪੁੰਨੀ ਬਣ ਜਾਵਾਂਗੇ, ਅਤੇ ਤੁਸੀਂ ਵੀ ਕਿਰਪਾ ਕਰੋ। ਰਸਕ ਰਸਕ ਨਾਨਕ ਗੁਣ ਗਾਹੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਹੇ ਪਾਤਸ਼ਾਹ, ਐਸੀ ਕਿਰਪਾ ਕਰੋ ਵੀ ਅਸੀਂ ਤਾਂ ਰਸਨਾ ਦੇ ਰਸਨਾ ਨੂੰ ਨਾ, ਰਸਕ 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 ਹੁੰਦਾ ਵੀ ਰਸਾ ਰਸਾ ਕੇ, ਜਾਂ ਰਸਕ ਪ੍ਰੇਮ ਦੇ ਨਾਲ ਰਸਕ ਤੇਰੇ ਨਾਮ ਦਾ ਰਸ ਲੈ ਕੇ, ਰਸੀਏ ਹੋ ਕੇ ਤੇਰੇ ਨਾਮ ਨੂੰ ਮਹਾਰਾਜ ਤੇਰੇ ਗੁਣਾਂ ਨੂੰ ਗਾਹੇ ਗਾਉਂਦੇ ਰਹੀਏ। ਰਾਮ ਕਲੀ ਮਹੱਲਾ ਪੰਜਵਾ, ਨਾ ਤਨ ਤੇਰਾ ਨਾ ਮਨ ਤੋਹੇ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਆ ਜੀਵ ਕਿਧਰਲੇ ਬੰਨੇ ਭਰਮਿਆ ਫਿਰ ਰਿਹਾ ਹੈ, ਨਾ ਤਨ ਤੇਰਾ, ਨਾ ਹੀ ਇਹ ਤਨ ਸਰੂ ਸਥੂਲ ਸਰੀਰ ਤੇਰਾ ਹੈ, ਕਿਉਂਕਿ ਇਹ ਸਥੂਲ ਸਰੀਰ ਮਾਤਾ ਪਿਤਾ ਦੇ ਸੰਬੰਧ ਕਰਕੇ ਰਕਤ ਬੀ ਅਤੇ ਹੱਡ ਚੰਮ ਦਾ ਬਣਿਆ ਹੋਇਆ ਹੈ, ਨਾ ਮਨ ਤੋਹੇ, ਅਤੇ ਨਾ ਹੀ ਇਹ ਮਨ ਤੇਰੇ ਵਸ ਵਿੱਚ ਰਹਿੰਦਾ, ਇਹ ਮਨ ਵੀ ਤੇਰਾ ਨਹੀਂ ਹੈ, ਜਿਹੜਾ ਸੰਕਲਪਾਂ ਵਿਕਲਪਾਂ ਦੀਆਂ
ਪੰਡਾ ਚੁੱਕੀ ਫਿਰਦਾ ਹੈ, ਸੂਖਮ ਸਰੀਰ ਮਨ ਵੀ ਤੇਰਾ ਨਹੀਂ ਹੈ। ਮਾਇਆ ਮੋਹੇ ਵਿਆਪਿਆ ਧੂਹੇ, ਹੇ ਜੀਵ ਤੂੰ ਮਾਇਆ ਦੇ ਵਿੱਚ ਮੋਹਿਆ ਹੋਇਆ ਹੈ ਤੇ ਮਾਇਆ ਦਾ ਮੋਹ ਕਰਕੇ ਵਿਆਪਿਆ ਧੋਹੇ, ਧੋਹੇ ਹੁੰਦਾ ਵੀ ਛਾਲ, ਛਲ ਵਾਲੇ ਸੁਭਾਅ ਵਿੱਚ ਵਿਆਪ ਰਿਹਾ, ਠੱਗੀਆਂ ਠੋਰੀਆਂ ਕਰਦਾ, ਧੋਖੇਬਾਜ਼ੀਆਂ। ਉਦਮ ਕਰੈ ਗਾਡਰ ਜੋ ਛੇਲ, ਗਾਡਰ ਕਹਿੰਦੇ ਨੇ ਭੇਡ ਨੂੰ, ਤੇ ਛੇਲ ਜਿਹੜਾ ਭੇਡ ਦਾ ਸਾਧ ਸੰਗਤ ਲੀਲਾ ਹੁੰਦਾ, ਬੱਚੇ ਨੂੰ ਲੀਲਾ ਕਹਿੰਦੇ ਭੇਡ ਦੇ ਨੂੰ। ਕੁਦਮ ਨਾਮ ਹੁੰਦਾ ਕੁੱਦਣਾ, ਕਲੋਲਾਂ ਕਰਨੀਆਂ। ਕੁਦਮ ਕਰੈ ਗਾਡਰ ਜਿਉਂ ਛੇਲ, ਜਿਵੇਂ ਗਾਡਰ ਭੇਡ ਅਤੇ ਭੇਡ ਦਾ ਜੋ ਛੇਲ ਲੀਲਾ ਆਪਸ ਵਿੱਚ ਮਿਲ ਕੇ ਕੁਦਮ ਕਲੋਲਾਂ ਕਰਦੇ ਹਨ, ਜਾਂ ਕੁਦਮ ਕੁੱਦਣਾ ਕਰਦੇ ਨੇ, ਨੱਚਦੇ ਹਨ, ਜਾਂ ਸਾਧ ਸੰਗਤ ਜਿਹੜੇ ਕਸਾਈ ਹੁੰਦੇ ਨੇ ਨਾ, ਉਹ ਭੇਡੂ ਅਤੇ ਬੱਕਰੇ ਜਿਹੜੇ ਹਨ ਉਹਨਾਂ ਨੂੰ ਵੱਗ ਵਿੱਚ ਛੱਡ ਦਿੰਦੇ, ਵੀ ਇਹ ਜਿੰਨਾ ਕੁੱਦਣਗੇ ਜਿੰਨਾ ਭੱਜਣਗੇ ਇਹਨਾਂ ਦਾ ਉਨਾ ਹੀ ਮਾਸ ਵਧੇਗਾ, ਅਤੇ ਇਹਦਾ ਫਿਰ ਅਚਾਨਕ ਹੀ ਇਹ ਵਧਾਉਂਦੇ ਰਹਿੰਦੇ ਹਨ ਸਰੀਰ ਨੂੰ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਇਹ ਜੀਵ, ਤੂੰ ਵਿਸ਼ੇ ਵਿਕਾਰਾਂ ਰੂਪੀ ਵੱਗ ਵਿੱਚ ਤੈਨੂੰ ਛੱਡਿਆ ਹੋਇਆ ਕਾਲ ਨੇ, ਅਤੇ ਤੂੰ ਵਿਸ਼ਿਆਂ ਦੇ ਆਨੰਦ ਮਾਨਣਾ ਕਰਦਾ ਹੈ, ਮੌਜਾਂ ਕਰ ਰਿਹਾ ਏ। ਅਚਿੰਤ ਜਾਲ ਕਾਲ ਚੱਕਰ ਪੇਲ, ਕਾਲ ਅਤੇ ਵਿਸ਼ਰਾਮ, ਅਚਿੰਤ ਜਾਲ ਕਾਲ ਚੱਕਰ ਪੇਲ, ਜਦੋਂ ਅਚਿੰਤ ਫਿਰ ਅਚਾਨਕ ਹੀ ਨਾ, ਜਿਵੇਂ ਉਹ ਲੇਲਾ ਅਤੇ ਭੇੜ ਕੁੱਦਦੇ ਹਨ ਵਾੜੇ ਦੇ ਵਿੱਚ, ਬੜੇ ਕਲੋਲਾਂ ਕਰਦੇ ਨੇ, ਅਤੇ ਅਚਿੰਤ ਹੀ ਉਹਨਾਂ ਨੂੰ ਪਤਾ ਨਹੀਂ ਹੁੰਦਾ, ਚਿੱਤ ਚੇਤਾ ਵੀ ਨਹੀਂ ਹੁੰਦਾ, ਅਤੇ ਅਚਾਨਕ ਆ ਕੇ ਕਾਲ ਮੌਤ ਦਾ ਜਿਹੜਾ ਜਾਲ ਹੈ ਨਾ, ਚੱਕਰ ਪੇਲ, ਉਹਨਾਂ ਦੇ ਉੱਤੇ ਪੈ ਜਾਂਦਾ ਹੈ। ਇਸੇ ਪ੍ਰਕਾਰ ਮਹਾਰਾਜ ਸਾਹਿਬ ਕਹਿੰਦੇ ਜੀਵ, ਤੂੰ ਵਿਸ਼ੇ ਵਿਕਾਰਾਂ ਦੇ ਵਿੱਚ ਬੜਾ ਕੁੱਦ ਕੁੱਦ ਕੇ ਜਾਣਾ, ਬਹੁਤਾ ਵਿਕਾਰੀ ਹੋ ਰਿਹਾ, ਹਾਲਤ ਤੇਰੀ ਵੀ ਉਹੋ ਜਿਹੀ ਹੈ, ਵੀ ਅਚਿੰਤ ਅਚਾਨਕ ਹੀ, ਜਿਹਨੂੰ ਕਹਿੰਦੇ ਨਾ ਵੀ ਕੇਲ ਕਰਿੰਦੇ ਹੰਜਨੋ ਅਚਿੰਤੇ ਬਾਜ ਪਏ, ਇਸ ਤਰ੍ਹਾਂ ਅਚਿੰਤਾ ਹੀ ਨਾ ਫਿਰ ਜਾਲ ਪੈਂਦਾ ਹੈ, ਚੱਕਰ ਪੈਂਦਾ ਤੇਰੇ ਉੱਤੇ ਕਾਲ ਮੌਤ ਦਾ ਆ ਕੇ ਪੇਲ ਨਾਮ ਹੈ ਪੈਣਾ ਜਾਂ ਪਾ ਲੈਣਾ, ਵੀ ਅਚਾਨਕ ਹੀ ਤੇਰੇ ਉੱਤੇ ਕਾਲ ਨੇ ਆ ਕੇ ਮੌਤ ਰੂਪੀ ਜਾਲ ਪਾ ਲੈਣਾ ਹੈ, ਤੇਰੀ ਹਾਲਤ ਉਸ ਭੇਡ ਦੇ ਛੇਲੇ ਲੇਲੇ ਵਾਂਗ ਹੋ ਰਹੀ ਹੈ। ਹਰ ਚਰਨ ਕਮਲ ਸਰਨਾਏ ਮਨਾ, ਸਰਨਾਏ ਤੇ ਵਿਸ਼ਰਾਮ ਹੈ, ਹਰ ਚਰਨ ਕਮਲ ਸਰਨਾਏ ਮਨਾ, ਇਸ ਕਰਕੇ ਹੇ ਮੇਰਿਆ ਮਨਾ, ਹੇ ਜੀਵ ਤੂੰ ਇਹ ਕਲੋਲਾਂ ਕਰਨੀਆਂ ਛੱਡ ਕੇ ਹਰ ਪਰਮੇਸ਼ਰ ਜੋ ਪੂਜਨੀਕ ਹੈ ਉਹਦੇ ਪੂਜਨੀਕ ਚਰਨ ਕਮਲ ਜੋ ਕਮਲ ਦੇ ਵਾਂਗ ਵੱਤ ਨਿਰਲੇਪ ਨੇ ਉਹਨਾਂ ਦੀ ਸ਼ਰਨ ਵਿੱਚ ਪੈਣਾ ਕਰ, ਭਾਵ ਪਰਮੇਸ਼ਰ ਦਾ ਆਸਰਾ ਲੈ। ਰਾਮ ਨਾਮ ਜਪ ਸੰਗ ਸਹਾਈ, ਰਾਮ ਪਰਮੇਸ਼ਰ ਦਾ ਨਾਮ ਜਪਿਆ ਕਰ, ਸਿਮਰਿਆ ਕਰ, ਸੰਗ ਇੱਥੇ ਵੀ ਇਸ ਲੋਕ ਵਿੱਚ ਵੀ ਤੇਰਾ ਸੰਗੀ ਹੈ ਅਤੇ ਪਰਲੋਕ ਵਿੱਚ ਵੀ ਸਹਾਈ ਤੇਰੀ ਸਹਾਇਤਾ ਕਰੇਗਾ। ਗੁਰਮੁਖ ਪਾਵਹਿ ਸਾਚ ਤਨਾ, ਗੁਰਮੁਖਤਾਈ ਵਾਲਾ ਜੀਵਨ ਬਣਾ, ਗੁਰਮੁਖ ਬਣ ਫਿਰ ਗੁਰਾਂ ਦੁਆਰਾ ਤੂੰ ਸੱਚਾ ਨਾਮ ਰੂਪੀ ਧਨ ਪ੍ਰਾਪਤ ਕਰ ਲਵੇਂਗਾ, ਜਿਹਦੇ ਕਰਕੇ ਲੋਕ ਪਰਲੋਕ ਸੁਖੀ ਸਹੇਲੇ ਹੋਈਦਾ ਹੈ। ਰਹਾਉ ਊਨੇ ਕਾਜ ਨਾ ਹੋਵਤ ਪੂਰੇ, ਊਨੇ ਕਾਜ ਊਨੇ ਦਾ ਸੰਬੰਧਤ ਹੈ ਉਸ ਪ੍ਰਕਾਰ, ਉਨੇ ਭਾਰਾ ਨਹੀਂ ਕਹਿਣਾ, ਉਨੇ ਸ਼ਹਿਰ ਦਾ ਨਾਂ ਨਹੀਂ ਲੈਣਾ, ਊਨੇ ਕਾਜ ਨਾ ਹੋਵਤ ਪੂਰੇ, ਊਨੇ ਭਾਵ ਅਧੂਰੇ, ਜੇ ਤੂੰ ਆਖੇ ਨਾ ਵੀ ਕੰਮ ਪੂਰੇ ਕਰ ਲਾਂ ਤੇ ਫਿਰ ਨਾਮ ਜਪਾਂਗਾ, ਸਾਹਿਬ ਕਹਿੰਦੇ ਭੁੱਲ ਜਾ ਫਿਰ ਪਿਆਰਿਆ, ਕਿਉਂਕਿ ਊਨੇ ਕਾਜ ਸੰਸਾਰੀ ਮਾਇਆ ਦੇ ਕਾਰਜ ਊਨੇ ਅਧੂਰੇ ਹੀ ਰਹਿੰਦੇ ਨੇ, ਇਹ ਨਹੀਂ ਕਦੀ ਪੂਰੇ ਹੁੰਦੇ।
ਇਹ ਪੂਰਨ ਹੋ ਹੀ ਨਹੀਂ ਸਕਦੇ। ਕਾਮ ਕ੍ਰੋਧ ਮਦ ਸਦ ਹੀ ਝੂਰੇ। ਇਸ ਕਰਕੇ ਕਾਮ ਕ੍ਰੋਧ ਮਦ ਮਦ ਪੋਲਾ ਵਿਚਾਰਨ ਹੈ, ਧਿਆਨ ਰੱਖਣਾ ਸੰਗਤ ਜੀ। ਕਾਮ ਮੰਦ ਵਾਸ਼ਨਾ ਵਾਲਾ ਸੁਭਾਅ, ਕ੍ਰੋਧ ਤੀਖਣ ਬਿਰਤੀ, ਹਰ ਸਮੇਂ ਕਚੀਜੀਆਂ ਲੈਣੀਆਂ, ਅਤੇ ਮਦ ਹੰਕਾਰੀ ਪੁਰਖ ਜਿਹੜਾ ਹੈ, ਜਿਹੜਾ ਕਾਮੀ ਪੁਰਖ ਕ੍ਰੋਧੀ ਅਤੇ ਮਦ ਹੰਕਾਰੀ ਪੁਰਖ ਹੈ, ਜਾਂ ਮਦ ਪ੍ਰਤੱਖ ਜਿਹੜਾ ਨਸ਼ੇ ਆਦਿਕ ਸ਼ਰਾਬੀ ਕਬਾਬੀ ਪੁਰਖ ਹੈ, ਸਦ ਹੀ ਝੂਰੇ, ਉਹ ਹਮੇਸ਼ਾ ਹੀ ਝੂਰੇ ਝੋਰਿਆਂ ਵਿੱਚ ਹੀ ਪਿਆ ਰਹਿੰਦਾ, ਉਹਦੀ ਜ਼ਿੰਦਗੀ ਐਵੇਂ ਗਿਲੇ ਸ਼ਿਕਵੇ ਕਰਦੇ ਹੀ ਲੰਘਦੀ ਹੈ। ਕਰੈ ਬੇਕਾਰ ਜੀਅਰੇ ਕਹਿਤਾਈ। ਮਹਾਰਾਜ ਕਹਿੰਦੇ, ਹੇ ਪ੍ਰਾਣੀ, ਤੂੰ ਆਪਣੇ ਜੀਅਰੇ ਜੀਵ ਨੂੰ ਆਪਣਾ ਆਪ ਪ੍ਰਸੰਨ ਕਰਨ ਵਾਸਤੇ ਨਾ ਮਨ ਆਈਆਂ ਕਰਦਾ ਹੈ, ਅਤੇ ਬੇਕਾਰ ਹੁੰਦਾ ਵੀ ਖੋਟੇ ਕਰਮ ਕਮਾਉਣਾ ਕਰਦਾ, ਵਿਸ਼ੇ ਭੋਗਦਾ ਹੈ ਆਪਣੇ ਜੀਅਰੇ ਜਿੰਦ ਦੇ ਤਾਈਂ ਖੁਸ਼ ਕਰਨ ਵਾਸਤੇ। ਗਾਫਲ ਸੰਗ ਨਾ ਤਸੂਆ ਜਾਈ। ਹਾਂ, ਗਾਫਲ ਸੰਗ ਨਾ ਤਸੂਆ ਜਾਈ। ਹੇ ਗਾਫਲ ਹੁੰਦਾ ਬੇਖਬਰ, ਬੇਸਮਝ, ਪਰਮਾਦੀ ਮੂਰਖ ਜੀਵ, ਵਕਾਰੀ ਜੀਵ, ਤੇਰੇ ਸੰਗ ਨਾਲ ਨਾ ਤਸੂਆ। ਦੋ ਸੂਤਰ ਮਤ ਵੀ, ਦੋ ਸੂਤਰ ਮਾਤਰ ਜਿਹੜੇ ਨੇ ਨਾ, ਤਸੂ ਮਾਤਰ ਵੀ ਪਦਾਰਥ, ਇਹਨਾਂ ਨੇ ਨਾਲ ਨਹੀਂ ਜਾਣਾ। ਜਿਹੜੇ ਸਾਧ ਸੰਗਤ ਇਮਾਰਤਾਂ ਦੀ ਮਿਣਤੀ ਕਰਦੇ ਨੇ ਨਾ ਕਾਰੀਗਰ, ਉਹਨਾਂ ਦੀ ਬੋਲੀ ਹੈ ਇਹ। ਇੱਕ ਗਜ ਹੁੰਦਾ ਹੈ, ਜੋ ਇੱਕ ਗਜ ਦਾ ਜੋ ਚੌਵੀਵਾਂ ਹਿੱਸਾ ਹੋਵੇ ਉਹਨੂੰ ਤਸੂ ਕਹਿੰਦੇ ਨੇ। ਅਤੇ ਮਹਾਰਾਜ ਸਾਹਿਬ ਕਹਿੰਦੇ ਵੀ ਇੰਨਾ ਥੋੜ੍ਹਾ ਮਾਤਰ ਵੀ ਕੋਈ ਪਦਾਰਥ, ਕੋਈ ਧਰਤੀ, ਕੋਈ ਜ਼ਮੀਨ ਦੈਤ, ਕੋਈ ਵੀ ਵਿਕਾਰ ਆਦਿਕ ਜਿਹੜਾ ਭੋਗਦਾ ਹੈ ਤੇਰੇ ਨਾਲ ਨਹੀਂ ਜਾਵੇਗਾ। ਧਰਤ ਧੂਹ, ਕੋਈ ਪਦਾਰਥ, ਕੋਈ ਵਸਤੂ ਤੇਰੇ ਨਾਲ ਨਹੀਂ ਜਾਣੀ। ਧਰਤ ਧੂਹ ਅਨਕ ਛਲ ਜਾਣੈ। ਧੋ ਹੁੰਦਾ ਵੀ ਧੋਖੇਬਾਜ਼ੀਆਂ, ਛਲ ਕਪਟ ਕਰਨਾ। ਕਹਿੰਦੇ ਧਰਤ ਧੋਹ, ਧੋਖੇਬਾਜ਼ੀ ਨੂੰ ਧਾਰਨ ਕਰਦਾ, ਭਾਵ ਕੇ ਠੱਗੀਆਂ ਵਾਲਾ ਸੁਭਾਅ ਹੈ ਤੇਰਾ ਹਰ ਸਮੇਂ। ਅਨਕ ਛਲ ਜਾਣੈ, ਅਤੇ ਅਨੇਕਾਂ ਤਰ੍ਹਾਂ ਦੇ ਛਲ ਕਪਟ ਕਰਨੇ ਜਾਣਦਾ, ਜਾਂ ਅਨੇਕਾਂ ਪੁਰਖਾਂ ਨੂੰ ਛਲਣਾ ਜਾਣਦਾ ਹੈ। ਕੌਡੀ ਕੌਡੀ ਕਹੋ ਖਾਕ ਸ੍ਰਿਸ਼ਨ। ਕੌਡੀ ਕੌਡੀ ਇਕੱਠੀ ਕਰਨ ਵਾਸਤੇ ਨਾ, ਮਾਇਆ ਦਾ ਟਕਾ ਟਕਾ ਇਕੱਤਰ ਕਰਨ ਦੇ ਲਈ ਤੂੰ ਖਾਕ ਸਿਰ ਛਾਨੇ, ਲਾਹਨਤਾ ਰੂਪੀ ਖਾਕ ਸਵਾ ਸਿਰ ਉੱਤੇ ਹੀ ਛਾਨੇ ਛਾਣਦਾ ਹੈ। ਜਾਂ ਕਹਿੰਦੇ ਕੌਡੀ ਕੌਡੀ ਦੇ ਵਾਸਤੇ ਤੂੰ ਸਿਰ 'ਤੇ ਖਾਕ ਛਾਣਦਾ ਫਿਰਦਾ, ਸਵਾਹ ਪਾਉਂਦਾ ਏ। ਭਾਵੇ ਹੈ ਵੀ ਝੂਠੇ ਵਚਨ ਬੋਲ ਕੇ ਅਤੇ ਖੋਟੇ ਕਰਮ ਕਮਾਉਂਦਾ, ਇਹ ਸਵਾਹ ਪਾ ਰਿਹਾ ਆਪਣੇ ਸਿਰ 'ਤੇ ਕੌਡੀਆਂ ਬਦਲੇ। ਜਿਨ ਦੀਆ ਤਿਸੈ ਨਾ ਚੇਤੈ ਮੂਲ। ਜਿਸ ਵਾਹਿਗੁਰੂ ਨੇ ਤੈਨੂੰ ਪਦਾਰਥ ਦਿੱਤੇ ਹੈ, ਮਨੁੱਖਾ ਜਨਮ ਸਰੀਰ ਦਿੱਤਾ ਹੈ, ਸਭ ਕੁਝ ਇਤਿਹਾਸਿਕ ਵਸਤੂਆਂ ਦਿੱਤੀਆਂ ਨੇ, ਤਿਸੈ ਨਾ ਚੇਤੈ ਮੂਲ। ਮੂਲ ਹੁੰਦਾ ਵੀ ਮੂਲ ਉੱਕਾ ਮੁੱਢੋਂ ਹੀ, ਕਦਾਚਿਤ ਕਦੇ ਭੁੱਲ ਕੇ ਵੀ ਉਸ ਵਾਹਿਗੁਰੂ ਨੂੰ ਤਾਂ ਯਾਦ ਤੂੰ ਕਰਦਾ ਹੀ ਨਹੀਂ ਹੈ। ਕਿਤੇ ਉਹ ਤੇਰੀ ਜ਼ਬਾਨ ਕਹਿੰਦੇ ਵੀ ਐਸੀ ਹੈ ਵੀ ਮਾਲਕ ਦਾ ਨਾਮ ਨਹੀਂ ਲੈਂਦੀ, ਵਾਹਿਗੁਰੂ ਨਹੀਂ ਕਹਿੰਦੀ ਕਦੇ ਵੀ। ਮਿਥਿਆ ਲੋਭ ਨਾ ਉਤਰੈ ਸੂਲ। ਇਸ ਕਰਕੇ ਮਿਥਿਆ ਹੁੰਦਾ ਵੀ ਮਿਥਿਆ ਜਿਹੜੇ ਚੀਜ਼ ਹੋਵੇ ਨਾ, ਪਰ ਮਿਥ ਲਈਏ, ਬਣਾ ਲਈਏ, ਮੰਨ ਲਈਏ, ਪਰ ਹੋਵੇ ਕੁਝ ਨਾ। ਮਿਥਿਆ ਜਿਹੜੇ ਝੂਠੇ ਹੀ ਪਦਾਰਥਾਂ ਦਾ ਲੋਭ ਲਾਲਚ ਹੈ, ਨਾ ਉਤਰੈ ਸੂਲ, ਉਹਨਾਂ ਦਾ ਦੋਖੀ ਤੇਰੇ ਅੰਦਰੋਂ ਉਤਰਦਾ ਨਹੀਂ ਹੈ। ਹਰ ਸਮੇਂ ਆਹ ਮੈਨੂੰ ਕਿਉਂ ਨਹੀਂ ਮਿਲਿਆ, ਮੇਰਾ ਇੱਥੇ ਵੀ ਹੱਕ ਬਣਦਾ ਸੀ, ਇਵੇਂ ਰੋਂਦਾ ਹੀ ਰਹਿੰਦਾ ਹੈ। ਪਾਰ ਬ੍ਰਹਮ ਜਬ ਭਏ ਦਇਆਲ। ਪਾਤਸ਼ਾਹ ਕਹਿੰਦੇ ਵੀ ਬਚਿਆ ਤਾਂ ਹੀ ਜਾ ਸਕਦਾ ਵੀ ਪਾਰ ਬ੍ਰਹਮ ਪਾਪਾਂ ਪੁੰਨਾਂ ਤੋਂ ਪਰੇ, ਬ੍ਰਹਮ ਵਿਆਪਕ ਪਰਮੇਸ਼ਰ ਜੀ ਜਬ ਭਏ ਦਇਆਲ, ਜਿਨ੍ਹਾਂ ਉੱਤੇ ਜਦੋਂ ਕਿਰਪਾਲੂ ਦਿਆਲੂ ਹੋਏ ਹਨ ਜਾਂ ਹੁੰਦੇ ਹਨ। ਇਹੋ ਮਨ ਹੋਆ ਸਾਧ ਰਵਾਲ। ਤਦੋਂ ਉਹਨਾਂ ਦਾ ਇਹ ਮਨ ਹਿਰਦਾ ਸਾਧ ਸੰਤ ਜਨ ਜਾਂ ਸਾਧ ਨਾਮ ਹੈ ਸ੍ਰੇਸ਼ਟ ਦਾ, ਵੀ ਸ੍ਰੇਸ਼ਟ ਕੌਣ ਨੇ? ਗੁਰੂ ਸਾਹਿਬ ਦੀ ਸਤਿਸੰਗਤ ਦੇ ਗੁਰੂ ਸਾਹਿਬ।
ਜਦੋਂ ਮਹਾਰਾਜ ਦੇ ਸੰਗਤ ਦੇ ਚਰਨਾਂ ਦੀ ਰਵਾਲ ਧੂੜੀਓ ਹੋ ਜਾਂਦਾ ਹੈ ਨਾ ਜੀਵ, ਫਿਰ ਪਰਮੇਸ਼ੁਰ ਇਹੋ ਮਨ ਹੋਵਾ ਸਾਧ ਰਵਾਲ ਉਹਨਾਂ ਦਾ ਹਿਰਦਾ ਸਾਧ ਸੰਗਤ ਦੀ ਚਰਨ ਧੂੜੀ ਬਣ ਜਾਂਦਾ ਏ। ਹਸਤ ਕਮਲ ਲੜ ਲੀਨੋ ਲਾਏ, ਜਿਹੜੇ ਸਾਧੂਆਂ ਦੀ ਚਰਨ ਕਮਲ ਦੀ ਧੂੜੀ ਬਣ ਗਏ, ਫਿਰ ਉਹਨਾਂ ਨੂੰ ਸੱਚੇ ਪਾਤਸ਼ਾਹ ਜੀ ਨੇ ਆਪਣੇ ਹਸਤ ਕਮਲ ਕਮਲ ਵਰਗੇ ਕੋਮਲ ਹਸਤ ਹੱਥਾਂ ਨਾਲ ਪਕੜ ਕੇ ਲੜ ਲੀਨੋ ਲਾਏ, ਆਪਣੇ ਪੱਲੇ ਨਾਲ ਹੀ ਲਾ ਲੈਣਾ ਕੀਤਾ, ਆਪਣੀ ਛਾਤੀ ਨਾਲ ਲਾ ਲੈਂਦਾ, ਭੇਦ ਕਰ ਲੈਂਦਾ ਹੈ ਪਰਮੇਸ਼ਰ। ਨਾਨਕ ਸੱਚ ਹੈ ਸੱਚ ਸਮਾਏ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਵੀ ਉਹ ਸੱਚ ਹੈ ਸੱਚ ਸਮਾਏ, ਵੀ ਜਿਹੜੇ ਸੱਚਾ ਨਾਮ ਹੈ ਨਾ ਉਹਨੂੰ ਜਪ ਕੇ ਉਹ ਜੀਵ ਸਾਜ ਸਮਾਏ, ਸੱਚ ਸਰੂਪ ਵਾਹਿਗੁਰੂ ਵਿੱਚ ਹੀ ਸਮਾ ਜਾਂਦੇ ਮਿਲ ਜਾਂਦੇ ਹਨ। ਰਾਮ ਕਲੀ ਮਹੱਲਾ ਪੰਜਵਾ, ਰਾਜਾ ਰਾਮ ਕੀ ਸਰਣ ਆਏ, ਰਾਜਾ ਰਾਮ ਕੀ ਸਰਣ ਆਏ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਭਾਈ ਜੋ ਪ੍ਰਭੂ ਪਰਮੇਸ਼ਰ ਜੋ ਰਾਜਾ ਪ੍ਰਕਾਸ਼ ਸਰੂਪ ਰਾਮ ਵਿਆਪਕ ਵਾਹਿਗੁਰੂ ਹੈ, ਉਹਦੀ ਸਰਣ ਆਏ ਸਰਨ ਓਟ ਵਿੱਚ ਪੈਣਾ ਕਰਦੇ ਨੇ ਜਿਹੜੇ ਜੀਵ। ਨਿਰਭਉ ਭਏ ਗੋਬਿੰਦ ਗੁਣ ਗਾਵਤ, ਨਿਰਭਉ ਭਏ ਗੋਬਿੰਦ ਗੁਣ ਗਾਵਤ, ਹਰ ਵਕਤ ਗੋਬਿੰਦ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਨੇ ਅਤੇ ਗੁਣ ਗਾਵਤ ਗੁਣਾਂ ਨੂੰ ਗਾਉਣੇ ਕਰਕੇ ਗਾਉਂਦਿਆਂ ਨਿਰਭਉ ਭੈ ਤੋਂ ਰਹਿਤ ਹੀ ਹੋ ਗਏ ਹਨ, ਭਾਵ ਉਹਨਾਂ ਨੂੰ ਮੌਤ ਦਾ ਡਰ ਨਹੀਂ ਫਿਰ ਰਹਿੰਦਾ। ਸਾਧ ਸੰਗ ਦੁੱਖ ਜਾਏ, ਤੇ ਸਾਧ ਸ੍ਰੇਸ਼ਟ ਜਣਾਂ ਦੀ ਸੰਗਤ ਦਾ ਮਹਾਤਮ ਇਹ ਹੈ ਵੀ ਉਹਨਾਂ ਦੇ ਜੰਮਣ ਮਰਨ ਆਦਿਕ ਦੇ ਦੁੱਖਾਂ ਸਮੇਤ ਹਰ ਪ੍ਰਕਾਰ ਦੇ ਦੁੱਖ ਕਸ਼ਟ ਜਾਏ ਚਲੇ ਜਾਂਦੇ ਦੂਰ ਹੋ ਜਾਂਦੇ ਹਨ। ਰਹਾਉ ਜਾ ਕੈ ਰਾਮ ਬਸੈ ਮਨ ਮਾਹੀ, ਭਾਈ ਜਿਨ੍ਹਾਂ ਦੇ ਮਨ ਚਿੱਤ ਦੇ ਵਿੱਚ ਜਾ ਕੈ ਰਾਮ ਬਸੈ ਮਨ ਮਾਹੀ, ਜਿਨ੍ਹਾਂ ਦੇ ਮਨ ਦੇ ਮਾਹੀ ਵਿੱਚ ਚਿੱਤ ਦੇ ਅੰਦਰ ਰਾਮ ਪਰਮੇਸ਼ਰ ਦਾ ਨਾਮ ਵਸ ਜਾਂਦਾ ਏ। ਸੋ ਜਨ ਦੁੱਤਰ ਵੇਖਤ ਨਾਹੀ, ਸੋ ਜਨ, ਜਨ ਤੇ ਵਿਸ਼ਰਾਮ ਹੈ, ਸੋ ਜਨ ਦੁੱਤਰ ਵੇਖਤ ਨਾਹੀ, ਦੁੱਤਰ ਕੀ ਹੁੰਦਾ ਵੀ ਦੁਸਤਰ ਕਠਿਨ ਔਖਾ, ਉਹ ਜਨ ਪੁਰਖ ਫਿਰ ਨਾ ਦੁੱਤਰ ਕਠਿਨ ਸੰਸਾਰ ਨੂੰ ਦੁਬਾਰਾ ਨਹੀਂ ਵੇਖਤ ਵੇਖਦੇ, ਭਾਵ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦੇ ਨੇ, ਸੰਸਾਰ ਸਮੁੰਦਰ ਦੇ ਵਿੱਚ ਉਹਨਾਂ ਨੂੰ ਫਿਰ ਕਠਿਨਤਾ ਹੀ ਨਹੀਂ ਕੋਈ ਹੁੰਦੀ, ਵਿਕਾਰ ਨਹੀਂ ਤੰਗ ਕਰਦੇ ਕਿਸੇ ਪ੍ਰਕਾਰ ਦੇ ਨਾਲ, ਉਹ ਗਲਤ ਪਾਸੇ ਨਹੀਂ ਜਾਂਦੇ, ਇਹਦੇ ਪ੍ਰਭਾਵ ਤੋਂ ਉੱਪਰ ਹੋ ਜਾਂਦੇ ਹਨ। ਸਗਲੇ ਕਾ ਜਿਵੇਂ ਕਹਿੰਦੇ ਨਾ ਵੀ ਔਖਾ ਸਮਾਂ ਨਹੀਂ ਫਿਰ ਉਹਨਾਂ ਨੂੰ ਸੰਸਾਰ ਵਿੱਚ ਕੋਈ ਵਾਹਿਗੁਰੂ ਵੱਲੋਂ ਬੇਮੁਖ ਹੋਣ ਰੂਪੀ ਆਉਂਦਾ। ਸਗਲੇ ਕਾਜ ਸਵਾਰੇ ਆਪਣੇ, ਮਹਾਰਾਜ ਕਹਿੰਦੇ ਵੀ ਉਹਨਾਂ ਗੁਰਮੁਖਾਂ ਨੇ ਗੁਰੂ ਸਾਹਿਬ ਪਰਮੇਸ਼ਰ ਦੀ ਕਿਰਪਾ ਸਦਕਾ ਆਪਣੇ ਇੱਥੋਂ ਸੰਸਾਰ ਦੇ ਵਿਵਹਾਰਕ ਅਤੇ ਪਰਮਾਰਥਕ ਪਰਲੋਕ ਦੇ ਸਾਰੇ ਹੀ ਕਾਰਜ ਆਪਦੇ ਸਵਾਰਨਾ ਕੀਤੇ ਠੀਕ ਕਰ ਲਏ ਨੇ, ਭਾਵ ਆਪਣੀ ਜ਼ਿੰਦਗੀ ਨਾਮ ਬਾਣੀ ਦੇ ਅਭਿਆਸ ਕਰਕੇ ਸਫਲੀ ਉਹ ਕਰ ਲਈ ਹੈ। ਹਰ ਹਰ ਨਾਮ ਰਸਨ ਨਿਤ ਜਪਨੇ, ਕਿਉਂਕਿ ਹਰ ਜੋ ਹਰੀ ਸਾਰਿਆਂ ਦੇ ਪਾਪਾਂ ਦਾ ਹਾਰਕ, ਹਰ ਹਰੀ ਪਰਮੇਸ਼ਰ ਉਸਦੇ ਨਾਮ ਨੂੰ ਹੀ ਨਿਤਾ ਪ੍ਰਤੀ ਜਪਣੇ, ਜਪਦੇ ਰਹਿੰਦੇ ਨੇ ਜਿਹਵਾ ਦੇ ਨਾਲ ਰਸਨਾ ਦੇ ਨਾਲ। ਜਿਸ ਕੈ ਮਸਤਕ ਹੱਥ ਗੁਰ ਧਰੈ, ਸਾਧ ਸੰਗਤ ਪ੍ਰਤੱਖ ਮੱਥੇ ਦੇ ਆਪਣਾ ਪ੍ਰਤੱਖ ਹੱਥ ਗੁਰੂ ਸਾਹਿਬ ਜੀ ਰੱਖ ਦਿੰਦੇ ਨੇ, ਜਾਂ ਜਿਨ੍ਹਾਂ ਦੇ ਅੰਤਕਰਨ ਰੂਪੀ ਮੁਖ ਦੇ ਮਸਤਕ ਦੇ ਉੱਤੇ ਮਹਾਰਾਜ ਕਿਰਪਾ ਰੂਪੀ ਹੱਥ ਧਰ ਦਿੰਦੇ ਹਨ। ਸੋ ਦਾਸ ਆਦੇਸਾ ਕਾਹੇ ਕਰੈ, ਸੋ ਦਾਸ ਆਦੇਸਾ ਕਾਹੇ ਕਰੈ, ਫਿਰ ਕਹਿੰਦੇ ਵੀ ਉਹ ਜੋ ਗੁਰਾਂ ਦਾ ਦਾਸ ਸੇਵਕ ਹੈ ਜਿਹਦੇ 'ਤੇ ਮਹਾਰਾਜ ਨੇ ਆਪ ਕਿਰਪਾ ਦਾ ਹੱਥ ਰੱਖਤਾ,
ਉਹ ਕਾਹੇ ਕਿਸ ਵਾਸਤੇ ਫਿਰ ਆਦੇਸਾ ਹੁੰਦਾ ਵੀ ਸੰਸਾ ਫਿਕਰ ਕਰੇ ਕਰਦਾ, ਕੋਈ ਸੰਸਾ ਕੋਈ ਫਿਕਰ ਕੋਈ ਚਿੰਤਾ ਨਹੀਂ ਰਹਿੰਦੀ ਗੁਰਮੁਖਾਂ ਨੂੰ। ਜਨਮ ਮਰਨ ਕੀ ਚੂਕੀ ਕਾਣ, ਸਾਧ ਸੰਗਤ ਜਨਮ ਮਰਨ ਕੀ ਚੂਕੀ ਕਾਣ, ਜਿਨ੍ਹਾਂ ਜੀਵਾਂ ਦੀ ਪਰਮੇਸ਼ਰ ਦੀ ਮਿਹਰ ਦੇ ਨਾਲ, ਜਿਨ੍ਹਾਂ ਜੀਵਾਂ ਦੇ ਉੱਤੇ ਮਹਾਰਾਜ ਦੀ ਕਿਰਪਾ ਹੋਈ ਹੈ, ਅਤੇ ਜੰਮਣ ਮਰਨ ਦੀ ਜੋ ਕਾਣ ਕਨੋੜ ਚੁੱਕੀ ਦੂਰ ਹੋ ਗਈ ਹੈ, ਜਾਂ ਜਿਸ ਮਹਾਰਾਜ ਸਾਹਿਬ ਦੀ ਕਿਰਪਾ ਨਾਲ ਜੰਮਣ ਮਰਨ ਦਾ ਗੇੜਾ ਚੁੱਕਿਆ ਗਿਆ ਹੈ। ਕਾਣ ਹੁੰਦੀ ਵੀ ਕਾਣ ਕਨੋੜ, ਅਧੀਨਗੀ ਮੁਥਾਜਗੀ ਅਹਿਸਾਨਮੰਦਗੀ ਕੋਈ ਇਤਿਹਾਸਕ ਵੀ ਮਹਾਰਾਜ ਕਹਿੰਦੇ ਜਿਨ੍ਹਾਂ ਸਤਿਗੁਰਾਂ ਦੀ ਕਿਰਪਾ ਦੇ ਨਾਲ ਇਹ ਜੰਮਣ ਮਰਨ ਦਾ ਇਹ ਜਮਾਂ ਦਾ ਜਿਹੜਾ ਕਾਨ ਕਨੋੜ ਮੁਥਾਜਗੀ ਸੀ ਇਹ ਸਭ ਦੂਰ ਹੋ ਗਈ ਹੈ। ਪੂਰੇ ਗੁਰ ਉਪਰ ਕੁਰਬਾਨ, ਉਪਰ ਤੇ ਵਿਸ਼ਰਾਮ ਹੈ, ਪੂਰੇ ਗੁਰ ਉਪਰ ਕੁਰਬਾਨ, ਐਸੇ ਜੋ ਪੂਰਨ ਸਤਿਗੁਰੂ ਸਾਹਿਬ ਨੇ ਉਹਨਾਂ ਤੋਂ ਮਹਾਰਾਜ ਪੰਚਮ ਪਾਤਸ਼ਾਹ ਕਹਿੰਦੇ ਮੈਂ ਕੁਰਬਾਨ ਬਲਹਾਰ ਜਾਂਦਾ ਹਾਂ। ਗੁਰ ਪਰਮੇਸ਼ਰ ਭੇਟ ਨਿਹਾਲ, ਭੇਟ ਤੇ ਗੁਰ ਪਰਮੇਸ਼ਰ ਭੇਟ ਨਿਹਾਲ, ਭਾਈ ਜਦੋਂ ਗੁਰ ਸਤਿਗੁਰੂ ਸਾਹਿਬ ਅਤੇ ਪਰਮੇਸ਼ੁਰ ਪਰਮਾਤਮਾ, ਜਾਂ ਕਹਿ ਲਓ ਵੀ ਜੋ ਗੁਰੂ ਸਾਹਿਬ ਜੀ ਪਰਮੇਸ਼ੁਰ ਦਾ ਸਰੂਪ ਨੇ, ਉਹਨਾਂ ਦੇ ਨਾਲ ਭੇਟ ਮਿਲੇ ਤਾਂ ਮਹਾਰਾਜ ਨਾਲ ਮਿਲ ਕੇ ਨਿਹਾਲ ਦੁੱਖਾਂ ਤੋਂ ਰਹਿਤ ਹੋ ਜਾਈਦਾ ਹੈ, ਜੰਮਣ ਮਰਨ ਤੋਂ ਰਹਿਤ ਹੋ ਕੇ ਆਨੰਦਿਤ ਹੋ ਜਾਈਦਾ ਏ। ਸੋ ਦਰਸ਼ਨ ਪਾਏ ਜਿਸ ਹੋਏ ਦਇਆਲ, ਪਰ ਉਹੀ ਪੁਰਖ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜੋਤ ਦੇ ਦਰਸ਼ਨ ਦਾਰੇ ਪਾਉਣਾ ਕਰਦਾ, ਜਿਸ ਹੋਏ ਦਇਆਲ, ਜਿਹਦੇ ਤੇ ਰੱਬ ਆਪ ਦਇਆਲੂ ਮਿਹਰਬਾਨ ਹੁੰਦਾ ਏ। ਪਾਰ ਬ੍ਰਹਮ ਜਿਸ ਕਿਰਪਾ ਕਰੈ, ਪਾਪਾਂ ਪੁੰਨਾਂ ਤੋਂ ਪਾਰ ਪਰੇ ਤੇ ਬ੍ਰਹਮ ਸਾਰਿਆਂ ਵਿੱਚ ਵਿਆਪਕ ਪਰਮੇਸ਼ਰ ਜਿਸ ਕਿਰਪਾ ਕਰੇ, ਜਿਨ੍ਹਾਂ ਜੀਵਾਂ ਦੇ ਉੱਤੇ ਕਿਰਪਾ ਦ੍ਰਿਸ਼ਟੀ ਕਰ ਦਿੰਦਾ ਏ। ਸਾਧ ਸੰਗ ਸੋ ਭਵ ਜਲ ਤਰੈ, ਉਹ ਸਾਧ ਸੰਗਤ ਕਰਦਾ ਗੁਰੂ ਸਾਹਿਬ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਆਉਂਦਾ ਤੇ ਸਾਧ ਸੰਗਤ ਕਰਨੇ ਕਰਕੇ ਸੋ ਭਵ ਜਲ ਤਰੈ, ਉਹ ਭਵ ਜਲ ਸੰਸਾਰ ਸਮੁੰਦਰ ਤੋਂ ਤਰ ਜਾਂਦਾ, ਪਾਰ ਹੋ ਜਾਂਦਾ ਏ। ਅੰਮ੍ਰਿਤ ਪੀਵਹੋ ਸਾਧ ਪਿਆਰੇ, ਮਹਾਰਾਜ ਕਹਿੰਦੇ ਹੈ ਪਿਆਰੇ ਸਾਧ ਸੰਤ ਜਨੋ ਗੁਰਸਿੱਖ ਪਿਆਰੇ, ਉਹ ਤੁਸੀਂ ਵੀ ਨਾ ਅੰਮ੍ਰਿਤ ਪੀਵਹੋ, ਗੁਰਾਂ ਦੁਆਰਾ ਪਰਮੇਸ਼ੁਰ ਦਾ ਨਾਮ ਰੂਪੀ ਅੰਮ੍ਰਿਤ ਪੀਣਾ ਕਰੋ, ਨਾਮ ਜਪਿਆ ਕਰੋ ਹਰ ਸਮੇਂ। ਮੁਖ ਉਜਲ ਸਾਚਾ ਦਰਬਾਰੇ, ਫਿਰ ਵੀ ਹੋਵੇਗਾ ਤੁਹਾਡਾ ਜੋ ਸੱਚਾ ਦਰਬਾਰ ਹੈ, ਦਰਬਾਰੇ ਜੋ ਸੱਚਾ ਦਰਬਾਰ ਹੈ ਨਾ, ਸੱਚਖੰਡ ਰੂਪੀ ਸੱਚਾ ਦਰਬਾਰ ਮਹਾਰਾਜ ਦਾ ਸਾਧ ਸੰਗਤ ਰੂਪੀ, ਉਸ ਦਰ ਦੇ ਵਿੱਚ ਮੁਖੜੇ ਉਜਲੇ ਹੋ ਜਾਣਗੇ, ਪਵਿੱਤਰ ਹੋਣਗੇ। ਇੱਕ ਕਲੰਕਤ ਹੁੰਦਾ ਨਾ ਵੀ ਗਲਤ ਕੰਮ ਕੀਤਾ ਹੋਵੇ, ਸ਼ਰਮਿੰਦਿਆ ਹੋਣਾ ਪੈਂਦਾ ਏ, ਇੱਕ ਨੇਕ ਕਰਮ ਕਰਨ ਵਾਲਾ ਫਖਰ ਨਾਲ ਖਲੋਂਦਾ, ਇਵੇਂ ਮਹਾਰਾਜ ਕਹਿੰਦੇ ਵੀ ਵਾਹਿਗੁਰੂ ਦੇ ਹਜ਼ੂਰ ਉੱਜਲ ਤੇ ਪਵਿੱਤਰ ਮੁਖ ਵਾਲੇ ਹੋ ਜਾਵੋਗੇ। ਆਨੰਦ ਕਰੋ ਤਾਜ ਸਗਲ ਬੇਕਾਰ, ਇਹ ਭਾਈ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਾ ਚੁਗਲੀ ਈਰਖਾ ਦਵੈਸ਼ ਆਦਿਕ ਰਾਗ ਦਵੈਸ਼ ਅਭਿਨਵੇਸ਼ ਅਵਿਦਿਆ ਅਸਮਤਾ ਸ਼ਬਦ ਸਪਰਸ਼ ਰੂਪ ਰਸ ਗੰਧ ਜਿੰਨੇ ਵੀ ਵਿਕਾਰ ਨੇ ਨਾ ਭੈੜੇ ਕਰਮ, ਇਹਨਾਂ ਸਾਰਿਆਂ ਨੂੰ ਛੱਡ ਦਿਓ ਅਤੇ ਇਹਨਾਂ ਨੂੰ ਛੱਡ ਕੇ ਆਨੰਦ ਕਰੋ, ਆਨੰਦ ਸਰੂਪ ਵਾਹਿਗੁਰੂ ਦੀ ਪ੍ਰਾਪਤੀ ਨੂੰ ਮਾਨਣਾ ਕਰੋ, ਆਨੰਦ ਵਿੱਚ ਰਹੋ ਸਿਮਰਨ ਕਰਦਿਆਂ ਹੋਇਆਂ। ਨਾਨਕ ਹਰ ਜਪ ਉਤਰ ਹੋ ਪਾਰ, ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਵੀ ਇਵੇਂ ਗੁਰੂ ਸਾਹਿਬ ਦੁਆਰਾ ਹਰ ਪਰਮੇਸ਼ੁਰ ਦਾ ਨਾਮ ਜਪੋ ਅਤੇ ਨਾਮ ਨੂੰ ਜਪ ਕਰਕੇ ਸਿਮਰ ਕੇ ਉਤਰੋ ਪਾਰ, ਸੰਸਾਰ ਸਮੁੰਦਰ ਤੋਂ ਪਾਰ ਹੋ ਕੇ ਮੁਕਤੀ ਰੂਪੀ ਕਿਨਾਰੇ 'ਤੇ ਉਤਰਨਾ ਕਰੋ।
ਜਗਤ ਵਿੱਚ ਰਹਿੰਦਿਆਂ ਹੀ ਵੈਰ ਵਿਰੋਧ ਨਿੰਦਾ ਚੁਗਲੀ ਈਰਖਾ ਸਭ ਕੁਝ ਛੱਡ ਦਿਓ। ਸੰਸਾਰ ਵਿੱਚ ਰਹਿੰਦਿਆਂ ਨਿਰੰਕਾਰ 'ਚ ਜੁੜੇ ਰਹੋ। ਪਰਿਵਾਰ ਵਿੱਚ ਰਹਿੰਦਿਆਂ ਕਰਤਾਰ ਦਾ ਚਿੰਤਨ ਕਰੋ। ਚਿੰਤਾ ਛੱਡ ਕੇ ਅਤੇ ਚੇਤਨ ਨੂੰ ਯਾਦ ਕਰੋ। ਇੱਦਾਂ ਮਹਾਰਾਜ ਕਹਿੰਦੇ ਨਾਮ ਜਪੋ ਭਾਈ, ਅਤੇ ਨਾਮ ਜਪ ਕੇ ਪਾਰ ਉਤਾਰਾ ਹੋ ਜਾਵੇਗਾ। ਧੰਨ ਗੁਰੂ ਕਲਗੀਧਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਪਰਮ ਪਵਿੱਤਰ ਗੁਰਬਾਣੀ ਦੇ ਸਾਨੂੰ ਲੜ ਲਾਇਆ ਹੈ। ਸਾਧ ਸੰਗਤ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਕਿਰਪਾ ਕਰਨ, ਮਹਾਰਾਜ ਦੇ ਜੋਤੀ ਜੋਤ ਪੁਰਬ ਜਾਂ ਹੋਰ ਜਿਹੜੇ ਵੀ ਸਤਿਗੁਰਾਂ ਦੇ ਦਿਹਾੜੇ ਹੋਣ, ਉਹ ਇਸੇ ਤਰ੍ਹਾਂ ਹੀ ਮਨਾਇਆ ਕਰੀਏ। ਜੋ ਗੁਰਾਂ ਦੀ ਗੁਰਬਾਣੀ ਪੜ੍ਹਨੀ, ਸੁਣਨੀ, ਵਿਚਾਰਨੀ ਅਤੇ ਫਿਰ ਮੰਨਣੀ ਹੈ ਅਤੇ ਕਮਾਉਣੀ ਹੈ। ਮਹਾਰਾਜ ਗੁਰੂ ਗ੍ਰੰਥ ਸਾਹਿਬ, ਗੁਰੂ ਅਰਜਨ ਦੇਵ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਪਾਤਸ਼ਾਹ ਜੀ ਕਿਰਪਾ ਕਰਨ, ਇਸ ਤੋਂ ਅੱਗੇ 900 ਅੰਗ ਤੋਂ ਫਿਰ ਜੋ ਵਿਚਾਰਾਂ ਨੇ ਆਉਣ ਵਾਲੇ ਸਮੇਂ ਵਿੱਚ ਆਪਾਂ ਸਰਵਣ ਕਰਾਂਗੇ। ਗੁਰ ਸ਼ਬਦ ਦੀ ਵਿਚਾਰ ਕਰਦੇ ਹਾਂ, ਸਾਹਿਬਾਂ ਦੇ ਸੱਚਖੰਡ ਗਮਨ ਦੇ ਪ੍ਰਸੰਗ ਦੀ ਸੰਖੇਪ ਵਿਚਾਰ ਕਰਦੇ ਹਾਂ। ਹੋਈਆਂ ਅਨੇਕਾਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ, ਗੁਰੂ ਸਾਹਿਬ ਗੁਰੂ ਕੀ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ ਆ। ਉਹ ਅਖੀਰਲੀਆਂ ਤੁਕਾਂ ਦਾ ਪਾਠ ਸਰਵਣ ਕਰੀਏ। ਅੰਮ੍ਰਿਤ ਪੀਵਹੁ ਸਾਧ ਪਿਆਰੇ, ਮੁਖ ਉਜਲ ਸਾਚੈ ਦਰਬਾਰੇ, ਆਨੰਦ ਕਰਹੋ ਤਜ ਸਗਲ ਬੇਕਾਰ, ਨਾਨਕ ਹਰ ਜਪ ਉਤਰਹੁ ਪਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।